ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਤਖਤ ਪੰਜਾਬ ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ ਮੇਰੇ ਨਾਲ ਕੋਈ ਸਿਆਸੀ ਮਾਰ ਮਾਲਵਿੰਦਰ ਸਿੰਘ ਮਾਲੀ ਮੌਜੂਦ ਨੇ ਹੁਣ ਤੱਕ ਦੀਆਂ ਵੱਡੀਆਂ ਖਬਰਾਂ ਦੇ ਉੱਤੇ ਅਸੀਂ ਚਰਚਾ ਕਰਾਂਗੇ ਉਮੀਦ ਹੈ ਕਿ ਤੁਸੀਂ ਇਸ ਚਰਚਾ ਨੂੰ ਆਪਣੇ ਵਿਚਾਰ ਪੰਜਾਬੀ ਚ ਕਮੈਂਟ ਕਰਕੇ ਤੇ ਲਾਈਕ ਸ਼ੇਅਰ ਕਰਕੇ ਅੱਗੇ ਵਧਾਓਗੇ ਸਵਾਗਤ ਹੈ ਤੁਹਾਡਾ ਮਾਲੀ ਸਾਹਿਬ ਸ਼ੁਕਰੀਆ ਸੁਖਵਿੰਦਰ ਜੀ ਧੰਨਵਾਦ ਧੰਨਵਾਦ ਨਸ਼ਿਆਂ ਨੂੰ ਲੈ ਕੇ ਜਿਹੜਾ ਅੱਜ ਅਰਦਾਸ ਸਮਾਗਮ ਕਹਿ ਲਓ ਕਿ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਦੇ ਵਿੱਚ ਕੀਤਾ ਗਿਆ ਜਿੱਥੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ 35,000 ਕਹਿੰਦੇ ਸਟੂਡੈਂਟ ਬੱਚੇ ਸਕੂਲੋਂ ਛੁੱਟੀ ਕਰਾ ਕੇ ਕਹਿ ਸਕਦੇ ਹਾਂ ਕਿ ਉੱਥੇ ਪਹੁੰਚੇ ਤੇ ਦਾਅਵੇ ਬਹੁਤ ਵੱਡੇ ਵੱਡੇ ਕੀਤੇ ਜਾਂਦੇ ਰਹੇ ਪਿਛਲੇ ਸਮੇਂ ਦੇ ਵਿੱਚ ਹੁਣ ਲੋਕ ਵੀ ਸਵਾਲ ਪੁੱਛਦੇ ਨੇ ਕਿ ਜੇ ਨਸ਼ਾ ਅਰਦਾਸ ਦੇ ਜ਼ਰੀਏ ਹੀ ਖਤਮ ਹੋਣਾ ਹੈ ਜਾਂ ਫਿਰ ਤੁਸੀਂ ਇਹ ਸਿਆਸਤ ਦੇ ਉੱਤੇ ਕਰ ਰਹੇ ਹੋ ਤਾਂ ਫਿਰ ਸੱਤਾ ਚੋਣ ਤੋਂ ਪਹਿਲਾਂ ਜਿਹੜਾ ਮਹੀਨਿਆਂ ਦੀ ਗੱਲ ਕੀਤੀ ਕਿ ਕੁੱਝ ਮਹੀਨਿਆਂ 'ਚ ਜਾਂ ਦਿਨਾਂ ਦੀ ਗੱਲ ਹੁੰਦੀ ਹੈ ਜਾਂ 15 ਅਗਸਤ ਤੱਕ ਦੇ 15 ਅਗਸਤ ਵੇਲੇ ਵੀ ਇਹ ਵਾਅਦਾ ਕੀਤਾ ਜਾਂਦਾ ਕਿ ਆਜ਼ਾਦੀ ਅਗਲੀ ਆਜ਼ਾਦੀ ਦਿਹਾੜੇ ਤੱਕ ਅਸੀਂ ਇਹ ਸਾਰਾ ਕੁਛ ਕੰਟਰੋਲ ਕਰ ਲਾਂਗੇ ਜਾਂ ਜੋ ਕੁਝ ਵੀ ਕਰ ਲਾਂਗੇ ਤਾਂ ਫਿਰ ਇਹਨੂੰ ਕਿਸ ਨਜ਼ਰੀਏ ਨਾਲ ਦੇਖਿਆ ਜਾਵੇ ਉਹ ਨੌਜਵਾਨਾਂ ਨੂੰ ਵੀ ਆਸ ਉਮੀਦ ਦੇ ਰਹੇ ਨੇ ਨੌਜਵਾਨ ਵੀ ਬੱਚੇ ਬੱਚੀਆਂ ਉੱਥੇ ਆ ਕੇ ਸਵਾਲ ਚੁੱਕ ਰਹੇ ਨੇ ਸਰਕਾਰ ਦੀ ਕਾਰਗੁਜ਼ਾਰੀ ਜਾਂ ਸਿਸਟਮ ਦੇ ਉੱਤੇ ਸਵਾਲ ਚੁੱਕਦੇ ਨੇ ਕਿ ਵਿਦੇਸ਼ਾਂ 'ਚ ਕਿਉਂ ਜਾਣਾ ਪੈ ਰਿਹਾ ਬੇਰੁਜ਼ਗਾਰੀ ਕਿਉਂ ਹੈ ਭਰੋਸੇਯੋਗਤਾ ਜਿਹੜੀ ਆ ਉਹ ਪੁਲਿਸ ਤੰਤਰ ਨੂੰ ਲੈ ਕੇ ਕਿਉਂ ਨਹੀਂ ਰਹਿੰਦੀ ਇਹ ਸਾਰੇ ਸਵਾਲ ਨੇ ਕਿ ਆਖਿਰਕਾਰ ਕਿਉਂ ਨੌਜਵਾਨ ਨਸ਼ਿਆਂ ਵੱਲ ਜਾ ਰਹੇ ਨੇ ਤੇ ਇਹ ਸਰਕਾਰ ਜਿਹੜੀ ਹੈ ਉਹ ਕੁਝ ਹੱਦ ਤੱਕ ਇਹ ਕਹਿੰਦੇ ਅਸੀਂ ਕਾਮਯਾਬ ਹਾਂ ਪਰ ਲੋਕ ਉਹਨੂੰ ਨਾਕਾਮ ਮੰਨਦੇ ਨੇ ਸੁਖਵਿੰਦਰ ਜੀ ਇਹ ਸਾਡਾ ਪੰਜਾਬ ਦਾ ਦਿਖਾਂ ਤੇ ਮੰਨ ਲਓ ਵੀ ਇੱਥੇ ਪੰਜਾਬ ਦੀਆਂ ਸਮੱਸਿਆਵਾਂ ਕੀ ਨੇ ਉਹਨਾਂ ਦੇ ਕਾਰਨ ਕੀ ਨੇ ਤੇ ਉਹਨਾਂ ਦਾ ਹੱਲ ਕੀ ਹੋਣਾ ਚਾਹੀਦਾ ਰੋਡ ਮੈਪ ਕੀ ਹੋਣਾ ਚਾਹੀਦਾ ਇਹਦੇ ਉੱਤੇ ਸੰਵਾਦ ਨਹੀਂ ਚੱਲ ਰਿਹਾ ਲਗਾਤਾਰ ਨਾ ਪਾਰਟੀਆਂ ਦੇ ਅੰਦਰ ਚੱਲ ਰਿਹਾ ਨਾ ਪਾਰਟੀਆਂ ਦਾ ਆਪਸ ਦੇ ਵਿੱਚ ਚੱਲ ਰਿਹਾ ਤੇ ਨਾ ਬਹੁਤਕ ਹਲਕਿਆਂ ਦੇ ਵਿੱਚ ਕੋਈ ਆਪਸੀ ਅਜਿਹਾ ਸੰਵਾਦ ਆ ਜਿਹੜਾ ਇਹਨਾਂ ਬਾਰੇ ਚੱਲ ਰਿਹਾ ਸੋ ਇਸ ਕਰਕੇ ਜਦੋਂ ਇਸ ਗੱਲ ਦੀ ਗੈਰ ਮੌਜੂਦਗੀ ਹੋਵੇ ਜਦੋਂ ਮੁੱਦਿਆਂ 'ਤੇ ਤੁਸੀਂ ਇਨਸਾਫ ਦੀ ਸਿਆਸਤ ਕਰਨ ਦੀ ਥਾਂ ਵੋਟਾਂ ਦੀ ਸਿਆਸਤ ਕਰਨ ਲੱਗ ਜਾਓ ਤਾਂ ਇਹੀ ਕੁਛ ਹੁੰਦਾ ਜੋ ਪੰਜਾਬ 'ਚ ਹੋਇਆ ਤੁਸੀਂ ਦੇਖ ਲਓ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਸਵਾਲ ਸੀ ਕਿੱਡਾ ਵੱਡਾ ਸਵਾਲ ਸੀ ਤੇ ਉਹ ਤੇ ਇਨਸਾਫ ਦੀ ਸਿਆਸਤ ਨਹੀਂ ਕੀਤੀ ਗਈ ਵੋਟਾਂ ਦੀ ਸਿਆਸਤ ਕੀਤੀ ਗਈ ਨਤੀਜਾ ਇਹ ਹੋਇਆ ਫਿਰ ਲੋਕਾਂ ਨੇ ਤਾਂ ਆਪਦਾ ਇਨਸਾਫ ਕਰਤਾ ਉਹ ਤਾਂ ਜਿਹੜੇ ਜਿਹਨਾਂ ਨੇ ਇਨਸਾਫ ਨਹੀਂ ਦਿੱਤਾ ਜਾਂ ਜਿਹਨਾਂ ਦੋਸ਼ੀਆਂ ਨਾਲ ਰਲੇ ਹੋਣ ਦਾ ਜਿਹਨਾਂ ਬਾਰੇ ਕੋਈ ਗੱਲ ਸੀ ਉਹਨਾਂ ਨੂੰ ਖੁਰਚ ਕੇ ਰੱਖਤਾ ਐਡੀ ਵੱਡਾ ਨਸ਼ਿਆਂ ਵਾਲਾ ਮਸਲਾ ਤੁਹਾਡੇ ਸਾਹਮਣੇ ਆ ਨਸ਼ਿਆਂ ਵਾਲਾ ਮਸਲਾ ਉਦੋਂ ਤੋਂ ਚੱਲਿਆ ਜਦੋਂ ਇਹਨਾਂ ਨੇ ਪੰਜਾਬ 'ਚ ਬੋਰਡ ਲਏ ਸੀ ਮੈਂ ਕਹਿੰਦਾ ਹਾਂ ਕਿ ਨਸ਼ਿਆਂ ਦਾ ਸਮੱਗਲਰ ਬਿਕਰਮਜੀਤ ਸਿੰਘ ਮਜੀਠੀਆ ਹੈ ਫਿਰ ਉਸੇ ਤੋਂ ਮਾਫ਼ੀ ਮੰਗੀ ਫਿਰ ਇਹ ਕਿਹਾ ਗਿਆ ਕਿ ਅਸੀਂ ਕੀ ਕਰ ਸਕਦੇ ਹਾਂ ਸਾਡੀ ਤਾਂ ਸਰਕਾਰ ਨਹੀਂ ਬਣੀ ਜੇ ਸਾਡੀ ਸਰਕਾਰ ਬਣੀ ਹੁੰਦੀ ਫਿਰ ਅਸੀਂ ਤੁਹਾਨੂੰ ਦਿਖਾਉਂਦੇ ਤਾਰੇ ਫਿਰ ਦੱਸਦੇ ਵੀ ਕੀ ਬਣਦਾ ਸਾਰੇ ਕਾਸੇ ਦਾ ਇਹਨਾਂ ਦੀ ਸਰਕਾਰ ਬਣਨ ਤੋਂ ਪਹਿਲਾਂ ਚੰਨੀ ਸਰਕਾਰ ਬਣੀ ਸੀ ਨਵਜੋਤ ਸਿੰਘ ਸਿੱਧੂ ਨੇ ਲੜ ਕੇ AG ਤੇ DGP ਬਦਲਾਏ ਸੀ ਵੀ ਇਹ ਮਸਲੇ ਨੂੰ ਕਿਵੇਂ ਹੱਲ ਕਰਨਗੇ ਤਾਂ ਉਹਨਾਂ ਨਾਲ ਰਲੇ ਹੋਏ ਨੇ ਉਹਨਾਂ ਦੇ ਵਕੀਲ ਰਹੇ ਨੇ ਪਹਿਲਾਂ ਸੁਪਰੀਮ ਕੋਰਟ 'ਚੋਂ ਬਿਕਰਮਜੀਤ ਮਜੀਠੀਏ ਦੀ ਜ਼ਮਾਨਤ ਰੱਦ ਹੋਈ ਇਹ ਕਹਿ ਕੇ ਇਹਦੀ ਪੁਲਿਸ ਹਿਰਾਸਤ ਦੇ ਵਿੱਚ ਪੁੱਛਗਿੱਛ ਜ਼ਰੂਰੀ ਆ ਸੈਣੀ ਨੂੰ ਜਿਹੜੀ ਅਲੋਕਾਰੀ ਸੁਰੱਖਿਆ ਦਿੱਤੀ ਸੀ ਵੀ ਕੋਈ ਵੀ ਕੇਸ ਇਹ 'ਤੇ ਦਰਜ ਹੋਵੇ ਇਹਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ ਉਹ ਵੀ ਰੱਦ ਹੋਈ ਸੀ ਅਤੇ ਇਹਨਾਂ ਦੀ ਸਰਕਾਰ ਨੇ ਕੀ ਕੀਤਾ ਜੀ ਦੋਹਾਂ ਮਾਮਲਿਆਂ 'ਚ ਕੱਖ ਨਹੀਂ ਕੀਤਾ ਦੋਹੇ ਜ਼ਮਾਨਤਾਂ ਲਈਆਂ ਨੇ ਲਗਾਤਾਰ ਰਾਜਜੀਤ ਸਿੰਘ ਆ ਜਿਹੜਾ ਉਹ ਵੀ ਜ਼ਮਾਨਤ ਲੈ ਗਿਆ ਜਿਹਦੀ ਪੁਲਿਸ ਦੀਆਂ ਜਾਂਚ ਰਿਪੋਰਟਾਂ ਦੇ ਵਿੱਚ ਜਿਹਦਾ ਨਾਂ ਆਉਂਦਾ ਲੈ ਦੇ ਕੇ ਇਹਨਾਂ ਨੂੰ ਖਹਿਰਾ ਲੱਭਿਆ ਕਹਿੰਦੇ ਹੁਣ ਪਤਾ ਲੱਗ ਗਿਆ ਸਾਨੂੰ ਕੌਮਾਂਤਰੀ ਨਸ਼ਿਆਂ ਦਾ ਸਮੱਗਲਰ ਕੌਣ ਸੀ ਇਹ ਤਾਂ ਇੱਕ ਗੱਲ ਤਾਂ ਸਾਫ਼ ਹੁੰਦੀ ਹੈ ਨਾ ਵੀ ਇਹਨਾਂ ਨੂੰ ਕੱਖ ਨਹੀਂ ਪਤਾ ਇਹ ਜਿੱਡੇ ਦਾਅਵੇ ਕਰਦੇ ਨੇ ਉੱਡੇ ਖੋਖਲੇ ਹੁੰਦੇ ਨੇ ਤੁਹਾਡਾ ਇੱਕ MLA ਬਣਿਆ ਉਹ ਵਿਰੋਧੀ ਧਿਰ ਦਾ ਲੀਡਰ ਬਣਿਆ ਤੇ ਤੁਹਾਨੂੰ ਇਹ ਪਤਾ ਹੀ ਨਹੀਂ ਲੱਗਿਆ ਵੀ ਇੱਕ ਮੰਤਰੀ ਸਮੱਗਲਰ ਆ ਤੇ ਉਹ ਤੇ ਸਾਰਾ ਤੋੜਾ ਝਾੜਤਾ ਚਲੋ ਦੂਜੀ ਗੱਲ ਪਹਿਲਾਂ ਤਾਂ ਕਹਿੰਦੇ 4 ਮਹੀਨਿਆਂ 'ਚ ਨਸ਼ਿਆਂ ਦਾ ਲੱਕ ਤੋੜ ਦਾਂਗੇ ਫਿਰ 1.5 ਸਾਲ ਬਾਅਦ ਕਹਿੰਦੇ 1 ਸਾਲ ਹੋਰ ਦੇ ਲਓ ਜੀ ਸਾਨੂੰ ਦੇਖਿਓ ਸਾਰੀ ਸਕੀਮ ਬਣੀ ਪਈ ਆ ਸਾਰਾ ਕੁਛ ਹੋਇਆ ਪਿਆ ਤੇ ਖਤਮ ਕਰ ਦੇਣੇ ਨਸ਼ੇ ਪਹਿਲੀ ਗੱਲ ਤਾਂ ਨਸ਼ੇ ਦੁਨੀਆ 'ਚੋਂ ਨਾ ਕਦੇ ਖਤਮ ਹੋਏ ਨੇ ਨਾ ਹੋਣੇ ਨੇ ਇਹਨਾਂ ਨੂੰ ਕੰਟਰੋਲ ਕੀਤਾ ਜਾ ਸਕਦਾ ਕਾਬੂ ਹੇਠਾਂ ਕੀਤਾ ਜਾ ਸਕਦਾ ਉਹ ਵੀ ਤਾਂ ਜੇ ਲੋਕਾਂ ਦੀ ਮੁਹਿੰਮ ਨਾਲ ਹੋਵੇ ਲੋਕਾਂ ਦਾ ਸਾਥ ਹੋਵੇ ਲੋਕ ਜਾਗਰੂਕ ਹੋਣ ਇੱਕ ਅੰਦੋਲਨ ਇਹਦੇ ਨਾਲ ਚੱਲੇ ਫਿਰ ਕਾਨੂੰਨੀ ਸਖਤੀ ਦੇ ਨਾਲ ਫਿਰ ਇਹ 'ਚ ਠੱਲ ਪਾਈ ਜਾ ਸਕਦੀ ਆ ਪਰ ਇਹਨਾਂ ਨੇ ਉਦੋਂ ਵੀ ਨਹੀਂ ਕੁਛ ਕੀਤਾ ਹੁਣ ਜਿਹੜੀ ਗੱਲ ਤੁਸੀਂ ਕਰਦੇ ਹੋ ਇਹ ਓਡੇ ਹੀ ਡਰਾਮਾ ਪਹਿਲੀ ਗੱਲ ਇਹ ਅਰਦਾਸ ਦੀ ਬੇਹੁਰਮਤੀ ਆ ਅਰਦਾਸ ਦਾ ਬਹੁਤ ਵੱਡਾ ਸੰਕਲਪ ਆ ਸਿੱਖ ਪੰਥ ਵਿੱਚ ਸਿੱਖ ਇਤਿਹਾਸ ਦੇ ਵਿੱਚ
ਜਿਹੜੀ ਅਰਦਾਸ ਸਰਬੱਤ ਦੇ ਭਲੇ ਲਈ ਕੀਤੀ ਜਾਂਦੀ ਆ, ਗੁਰੂ ਆਸ਼ੇ ਨੂੰ ਲਾਗੂ ਕਰਨ ਲਈ ਕੀਤੀ ਜਾਂਦੀ ਆ, ਉਹਦੇ ਲਈ ਸਮਰੱਥਾ ਬਖਸ਼ਣ ਦੀ ਬੇਨਤੀ ਕੀਤੀ ਜਾਂਦੀ ਆ। ਗੁਰੂ ਸਾਹਿਬ ਦਾ ਤਾਂ ਫਰਮਾਨ ਆ, ਬਿਨ ਬੋਲਿਆ ਸਭ ਕੁਝ ਜਾਣ ਦਾ, ਬਿਨ ਬੋਲਿਆ ਸਭ ਕੁਛ ਜਾਣ ਦਾ ਕਿਸ ਅੱਗੇ ਕਿਉਂ ਕੀ ਚੈ ਅਰਦਾਸ। ਤੁਸੀਂ ਅੱਜ ਸਰਕਾਰੀ ਖਰਚੇ ਤੇ ਲੱਖਾਂ ਰੁਪਏ ਦੇ ਇਸ਼ਤਿਹਾਰ ਖਰਚ ਕੇ ਤੁਸੀਂ ਕੋਹੇ ਜੀ ਡਰਾਮਾ ਕਰ ਰਹੇ ਹੋ। ਜਿਹੜਾ ਕਹਿੰਦਾ ਸੀ ਮੈਂ ਇਕੱਲੇ ਨੇ ਮੁੱਖ ਮੰਤਰੀ ਦੀ ਸਹੁੰ ਨਹੀਂ ਚੁੱਕਣੀ, 3 ਕਰੋੜ ਪੰਜਾਬੀ ਮੁੱਖ ਮੰਤਰੀ ਦੀ ਸਹੁੰ ਚੁੱਕਣਗੇ। ਸਾਰੀ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕੀਤੀ, ਫਿਰ ਸਕੂਲਾਂ ਦੇ ਬੱਚਿਆਂ ਨੂੰ ਲਿਆਂਦਾ ਜੀ ਉੱਥੇ, ਜਿਹੜੇ ਕਹਿੰਦੇ ਸੀ ਅਧਿਆਪਕਾਂ ਤੋਂ ਪੜ੍ਹਾਈ ਤੋਂ ਬਿਨਾਂ ਕੋਈ ਕੰਮ ਨਹੀਂ ਲਿਆ ਜਾਊਗਾ, ਹੁਣ ਹਰ ਇੱਕ ਰੈਲੀ 'ਚ ਨੋਡਲ ਅਫਸਰ ਬਣਾ ਲੈਂਦੇ ਨੇ ਉਹਨਾਂ ਨੂੰ, ਅਤੇ ਹੁਣ ਉਦੋਂ ਵੀ ਗਾਹਾਂ ਵੱਧ ਕੇ ਬੱਚਿਆਂ ਨੂੰ ਵੀ ਸ਼ਾਮਿਲ ਕਰਨ ਲੱਗ ਗਏ। ਅਤੇ ਇਹ ਸੁਨੇਹਾ ਤਾਂ ਬਿਨਾਂ ਇਕੱਠ ਕੀਤੇ ਵੀ ਦਿੱਤਾ ਜਾ ਸਕਦਾ ਸੀ। ਸੁਖਵਿੰਦਰ ਜੀ ਤੁਹਾਡੇ ਸਾਹਮਣੇ ਆ, ਰਾਹੁਲ ਗਾਂਧੀ ਆਇਆ 2 ਦਿਨ ਸੇਵਾ ਕਰਕੇ ਗਿਆ, ਇੱਕ ਉਹਦਾ ਅਰਥ ਅਤੇ ਸੁਨੇਹਾ, ਇੱਕ ਆਹ ਜਿਹੜਾ ਇਹਨੇ ਅਰਦਾਸ ਦਾ ਸਿਆਸੀਕਰਨ ਕੀਤਾ, ਇਹਦਾ ਅਰਥ ਅਤੇ ਸੁਨੇਹਾ ਕੀ ਆ? ਡਰਾਮਾ, ਸਿਆਸੀ ਡਰਾਮਾ। ਹੁਣ ਤੁਸੀਂ ਲੋਕਾਂ ਦੇ ਸਾਹਮਣੇ ਆਪਦੀ ਗੱਲ ਰੱਖੀ, 92 ਤੁਹਾਨੂੰ MLA ਦੇ ਉੱਤੇ, ਉਹ ਸੰਗਤ ਦਾ ਫੈਸਲਾ ਨਹੀਂ ਸੀ। ਹੁਣ ਤੁਸੀਂ ਕਹਿੰਦੇ ਸੰਗਤੀ ਰੂਪ 'ਚ ਅਰਦਾਸ ਕਰੀਏ ਜੀ, ਜਿਹੜੇ ਉੱਥੇ ਨਹੀਂ ਪਹੁੰਚ ਸਕਦੇ ਆਹ ਨੰਬਰ 'ਤੇ ਕੋਡ ਕਰਕੇ ਜੀ ਉਹਦੇ ਵਿੱਚ ਸ਼ਾਮਿਲ ਹੋਵੋ। ਇਹ ਅਰਦਾਸਾਂ ਇਸ ਤਰ੍ਹਾਂ ਕੀਤੀਆਂ ਜਾਂਦੀਆਂ ਹੁੰਦੀਆਂ ਨੇ। ਸੋ ਇਸ ਕਰਕੇ ਇਹ ਸਿਆਸੀ ਡਰਾਮਾ ਲੋਕਾਂ ਦਾ ਧਿਆਨ ਭਟਕਾਉਣ ਦੀ ਚਾਲ ਆ, ਕਿਉਂਕਿ ਪੇਚ ਫਸਿਆ ਹੋਇਆ SYL ਦਾ, ਪੰਜਾਬ ਦੇ ਪਾਣੀਆਂ ਦੀ ਮਾਲਕੀ ਦਾ, ਪੰਜਾਬ ਦੇ ਪਾਣੀਆਂ ਦੀ ਰਾਇਲਟੀ ਲੈਣ ਦਾ, ਉਹ ਸਾਰੇ ਤੋਂ ਧਿਆਨ ਭਟਕਾਉਣ ਲਈ ਕਦੇ ਥਾਪੀਆਂ ਮਾਰਦਾ ਵੀ ਆਓ ਬਹਿਸ ਕਰੀਏ ਜੀ 1 ਨਵੰਬਰ ਨੂੰ। ਉਹ ਭਲਿਆ ਮਾਨਸਾ 1 ਨਵੰਬਰ ਨੂੰ ਪੰਜਾਬ ਵੰਡਿਆ ਗਿਆ ਸੀ, ਉਸ ਦਿਨ ਇਹ ਸੋਚਣ ਵਾਲਾ ਵੀ ਸਾਡੇ ਨਾਲ ਬੇਇਨਸਾਫੀਆਂ ਕੀ ਕੀਤੀਆਂ, ਸਾਡੇ ਪਾਣੀ ਦਾ ਕੀ ਬਣਿਆ, ਸਾਡੇ ਰਾਜਧਾਨੀ ਦਾ ਕੀ ਬਣਿਆ, ਪੰਜਾਬੀ ਬੋਲਦੇ ਇਲਾਕਿਆਂ ਦਾ ਕੀ ਬਣਿਆ, ਪੰਜਾਬ ਨੂੰ ਹੋਰ ਇਨਸਾਫ ਦੇਣਾ ਜਿਹੜਾ ਉਹਦਾ ਕੀ ਬਣਿਆ। ਹਰੇ ਇਨਕਲਾਬ 'ਤੇ ਅਰਬਾਂ ਰੁਪਏ ਖਰਚ ਕੇ ਤੁਸੀਂ ਇੱਕ ਇਹੋ ਜਿਹੀ ਹਨੇਰੀ ਸੁਰ ਵਿੱਚ ਲੋਕਾਂ ਨੂੰ ਸਿੱਟਤਾ, ਹੁਣ ਖੇਤੀ ਮਾਡਲ ਬਦਲਣ ਦਾ ਸਵਾਲ ਆ। ਇੰਨੇ ਕੌਮਾਂਤਰੀ ਹਵਾਈ ਅੱਡੇ ਉਸਾਰ 'ਤੇ, ਇੱਥੇ ਕੌਮਾਂਤਰੀ ਹਵਾਈ ਉਡਾਣ ਤੱਕ ਨਹੀਂ ਉੱਡਦੀ। ਰੁਜ਼ਗਾਰ ਦਾ ਸਵਾਲ ਆ, ਬਾਘਾ ਬਾਰਡਰ ਖੋਲ੍ਹਣ ਦਾ ਸਵਾਲ ਆ। ਜਿਹੜੇ ਇਹ ਕਹਿੰਦਾ ਉੱਜੜੇ ਹੋਏ ਪੰਜਾਬ ਬਾਰੇ ਬਹਿਸ ਕਰਨੀ ਆ, ਇਹ ਆ ਉੱਜੜੇ ਹੋਏ ਬਾਗਾਂ ਦੇ ਗਾਲੜ ਪਟਵਾਰੀ ਹੁੰਦੇ ਨੇ ਜਿਵੇਂ, ਇਹ ਤਾਂ ਉਹ ਰੋਲ ਨਿਭਾ ਰਿਹਾ। ਪੰਜਾਬ ਵਸੂਗਾ ਕਿਵੇਂ, ਪੰਜਾਬ ਦੇ ਮਸਲੇ ਕਿਵੇਂ ਹੱਲ ਹੋਣਗੇ, ਉਹਨਾਂ ਬਾਰੇ ਬਹਿਸ ਕਰ। ਅਤੇ ਬਹਿਸ ਕਰਨ ਦਾ ਸਭ ਤੋਂ ਵੱਡਾ ਸਥਾਨ ਕੀ ਆ, ਪਵਿੱਤਰ ਸਥਾਨ ਆ, ਉਹ ਪੰਜਾਬ ਵਿਧਾਨ ਸਭਾ। ਉਹਦਾ 21 ਵਾਰੀ ਨੂੰ ਫਿਰ ਇਜਲਾਸ ਸੱਦ ਲਿਆ, ਕਾਨੂੰਨੀ ਗੈਰ ਕਾਨੂੰਨੀ ਦਾ ਪੇਚ ਫਸਿਆ ਹੋਇਆ ਹਾਲੇ ਪਹਿਲਾਂ ਵਾਂਗੂ, ਉਹਦਾ ਏਜੰਡਾ ਦੱਸਿਆ ਨਹੀਂ ਅੱਜ ਤੱਕ ਵੀ ਉੱਥੇ ਕੀ ਵਿਚਾਰਿਆ ਜਾਊਗਾ। ਰਾਜਪਾਲ ਨੇ ਪਿਛਲੇ ਦਾ ਪੁੱਛਿਆ ਸੀ, ਉਹ ਕਹਿੰਦੇ ਬਿਜਨਸ ਐਡਵਾਈਜ਼ਰੀ ਕਮੇਟੀ ਆ ਜੀ, ਬਿਜਨਸ ਐਡਵਾਈਜ਼ਰੀ ਕਮੇਟੀ ਆ ਜਿਹੜੀ ਉਹ ਫੈਸਲਾ ਕਰੂ, ਉਹਦੀ ਮੀਟਿੰਗ ਨਹੀਂ ਹੋਈ। ਤੂੰ 21-22 ਦੇ ਸੈਸ਼ਨ ਨੂੰ ਵਧਾ ਲਾ, 31 ਤੱਕ ਵਧਾ ਲਾ, 30 ਤੱਕ ਵਧਾ ਲਾ, 1 ਨਵੰਬਰ ਨੂੰ ਫਿਰ ਜਿਹੜੀ ਉੱਥੇ ਸਾਂਝੀ ਰਾਏ ਬਣਦੀ ਆ ਪੰਜਾਬ ਦੇ ਹੱਕਾਂ ਲਈ, ਸਮੱਸਿਆਵਾਂ ਲਈ, ਮਿਲ ਕੇ ਫਿਰ ਉਹਦੇ ਲਈ ਗੱਲ ਕਰੋ, ਚਾਰਾਜੋਈ ਕਰੋ, ਗਾਹਾਂ ਕਰੋ। ਸੋ ਇਹ ਸਾਰੇ ਡਰਾਮੇਬਾਜ਼ ਨੇ, ਡਰਾਮੇਬਾਜ਼ੀ ਆ, ਇਹਦਾ ਪੰਜਾਬ ਨੂੰ ਕੋਈ ਫਾਇਦਾ ਨਹੀਂ ਹੋਣਾ। ਸਗੋਂ ਪੰਜਾਬ ਜਿਹੜਾ ਮਾਨਸਿਕ ਤੌਰ 'ਤੇ, ਵਿਚਾਰਕ ਤੌਰ 'ਤੇ, ਸਿਆਸੀ ਤੌਰ 'ਤੇ ਪਹਿਲਾਂ ਹੀ ਭਟਕਿਆ ਹੋਇਆ, ਸਿੱਖ ਫਲਸਫੇ ਤੋਂ ਉਖੜਿਆ ਹੋਇਆ, ਉਹਨੂੰ ਹੋਰ ਉਖੇੜਨ ਅਤੇ ਪਚਲਾਵੇ 'ਚ ਪਾਉਣ ਦੀ ਚਾਲ ਆ ਇਹ ਜੀ। ਸੁਖਵਿੰਦਰ ਜੀ ਬਿਲਕੁਲ, ਮੈਂ ਇੱਥੇ ਮਾਲੀ ਸਾਹਿਬ ਗੁਰਬਾਣੀ ਤੁਕ ਦਰੁਸਤ ਕਰਦਾ ਕਿ ਬਿਣ ਬੋਲਿਆਂ ਸਭ ਕੀ ਜਾਣਦਾ ਕਿਸ ਆਗਾ ਕੀਚਾ ਅਰਦਾਸ, ਇਸ ਤਰੀਕੇ ਨਾਲ ਉਹਨੂੰ ਗੁਰਬਾਣੀ ਦੇ ਵਿੱਚ ਲਿਖਿਆ ਗਿਆ। ਪਰ ਹਾਲ ਦੀ ਘੜੀ ਜੋ ਅਰਦਾਸ ਦੇ ਕੰਸੈਪਟ ਨੂੰ ਲੈ ਕੇ ਸਵਾਲ ਲਗਾਤਾਰ ਕਿ ਆਖਿਰਕਾਰ ਤੁਹਾਨੂੰ ਇਸ਼ਤਿਹਾਰ ਦੇਣ ਦੀ ਕੀ ਲੋੜ ਸੀਗੀ ਜੇ ਤੁਸੀਂ ਨਸ਼ਾ ਮੁਕਤ ਕਰਨਾ ਚਾਹੁੰਦੇ ਹੋ? ਤੇ ਪੈਸਾ ਉਸ ਥਾਂ ਤੇ ਵੀ ਲੱਗ ਸਕਦਾ ਸੀਗਾ, ਜਿਹੜੇ ਉਹ ਸੈਂਟਰ ਨਸ਼ਾ ਛਡਾਓ ਨਸ਼ਾ ਮੁਕਤੀ ਕੇਂਦਰ ਵਗੈਰਾ ਨੇ ਉੱਥੇ ਲੱਗ ਸਕਦਾ ਸੀ, ਜਾਂ ਜਿਹਨਾਂ ਨੂੰ ਰੀਹੈਬਿਲੀਟੇਟ ਕਰਨਾ ਆ, ਜਾਂ ਤੁਸੀਂ ਕਹਿੰਦੇ ਹੋ ਕਿ ਅਸੀਂ ਇਹ ਨਹੀਂ ਕਿ ਬੱਚੇ ਬੱਚਿਆਂ ਨੂੰ ਚੱਕ ਕੇ ਅਸੀਂ ਅੰਦਰ ਪਾ ਦਈਏ, ਅਸੀਂ ਤੇ ਉਹਨਾਂ ਦਾ ਇਲਾਜ ਕਰਨਾ, ਉਹਨਾਂ ਨੂੰ ਸਮਝਾਉਣਾ ਕਿ ਨਸ਼ੇ ਤੋਂ ਦੂਰ ਰਹੋ, ਉਹਨਾਂ ਦੇ ਵਿੱਚੋਂ ਭਾਵਨਾ ਕਿਵੇਂ ਪੈਦਾ ਕੀਤੀ ਜਾ ਸਕਦੀ, ਉਹ ਸਭ ਉੱਤੇ ਕੰਮ ਹੋ ਸਕਦਾ ਬਜਾਏ ਇਸਦੇ ਕਿ ਵੱਡੇ ਵੱਡੇ ਇਸ਼ਤਿਹਾਰ ਦੇ ਕੇ ਸਿਆਸਤ ਕੀਤੀ ਜਾ ਸਕੇ। ਚਲੋ, ਉਮੀਦ ਰਹੇਗੀ ਕਿ ਇਹਦੇ ਸਿੱਟੇ ਵੀ ਦੇਖ ਲਏ ਜਾਣ, ਕਿ ਜੇ ਕਹਿੰਦੇ ਨੇ ਕਿ ਅਸੀਂ ਅਰਦਾਸ ਕੀਤੀ ਆ ਤੇ ਉਹਦੇ ਸਿੱਟੇ, ਪੰਜਾਬ ਤਾਂ ਭਲੀ ਮੰਗਦਾ ਹੈ ਕਿ ਇਸਦੇ ਸਿੱਟੇ ਜਦੋਂ ਚੰਗੇ ਤਰੀਕੇ ਨਾਲ ਸਾਹਮਣੇ ਆਉਣਗੇ
ਤਾਂ ਕਿਹਾ ਜਾਵੇਗਾ ਕਿ ਵਾਕਈ ਜੇ ਅਰਦਾਸ ਦਾ ਹੀ ਫਲ ਹੈ ਤੇ ਫਿਰ ਤੁਸੀਂ ਅਰਦਾਸਾਂ ਹੋਰ ਵੱਖ ਵੱਖ ਸਥਾਨਾਂ ਦੇ ਉੱਤੇ ਵੀ ਧਾਰਮਿਕ ਸਥਾਨਾਂ ਤੇ ਜਾ ਕੇ ਕਰੋ ਤਾਂ ਕਿ ਬੱਚਿਆਂ ਨੂੰ ਇਸ ਪਾਸੇ ਤੋਂ ਜਿਹੜਾ ਬਚਾਇਆ ਜਾ ਸਕੇ। ਗੱਲ ਅਗਲੀ ਇਹ ਕਿ ਤੁਸੀਂ ਪੰਜਾਬ ਦੇ ਪਾਣੀਆਂ ਦੀ ਗੱਲ ਕੀਤੀ, ਸੰਦੀਪ ਪਾਠਕ ਜਿਹੜੇ ਰਾਜ ਸਭਾ ਮੈਂਬਰ ਨੇ ਪੰਜਾਬ ਦੀ ਸੀਟ ਤੋਂ ਗਏ ਨੇ, ਉਹਨਾਂ ਨੇ ਹੁਣ ਇਸ ਗੱਲ ਦਾ ਜ਼ਿਕਰ ਕੀਤਾ ਹਰਿਆਣੇ ਦੇ ਵਿੱਚ ਜਾ ਕੇ ਕਿ ਹਰਿਆਣੇ ਨੂੰ ਉਹਦਾ ਬਣਦਾ ਹੱਕ, ਪਾਣੀਆਂ ਦਾ ਹੱਕ ਉਹ ਮਿਲੇਗਾ। ਇੱਥੇ ਫਿਰ ਸਵਾਲ ਉੱਠਦਾ ਕਿ ਕੀ ਮਤਲਬ ਕਿ ਲੋਕਾਂ ਨੂੰ ਬੇਵਕੂਫ ਬਣਾਇਆ ਜਾ ਰਿਹਾ? ਸਿੱਧੇ ਢੰਗ ਦੇ ਨਾਲ ਲੋਕਾਂ ਨੂੰ ਇਸ ਗੱਲ ਨੂੰ ਕਿਸ ਤਰੀਕੇ ਨਾਲ ਸਮਝਣਾ ਚਾਹੀਦਾ ਹੈ ਕਿ ਇੱਥੇ ਕੁਝ ਹੋਰ, ਉੱਥੇ ਕੁਝ ਹੋਰ, ਨਾਲ ਬੈਠੇ ਕੋਠੀ ਚ ਕੁਝ ਹੋਰ ਗੱਲਾਂ ਕੀਤੀਆਂ ਜਾ ਰਹੀਆਂ, 1 ਤਰੀਕ ਦਾ ਸੱਦਾ ਵੀ ਹੈ, ਉਧਰੋਂ ਸੈਸ਼ਨ ਵੀ ਸੱਦਣਾ, ਤੇ ਜੇ ਇੱਦਾਂ ਦੀਆਂ ਗੱਲਾਂ ਸਾਹਮਣੇ ਆਉਣਗੀਆਂ ਤਾਂ ਫਿਰ ਪਾਰਟੀ ਤੋਂ ਕੀ ਵੱਖਰੇ ਹੋ ਕੇ ਮੁੱਖ ਮੰਤਰੀ ਭਗਵੰਤ ਮਾਨ ਚੱਲ ਰਹੇ ਨੇ ਜਿਹੜਾ ਕਹਿ ਰਹੇ ਨੇ ਕਿ ਇੱਕ ਬੂੰਦ ਵੀ ਨਹੀਂ ਜਾਣ ਦੇਵਾਂਗੇ, ਜਾਂ ਫਿਰ ਇਹ ਸਿਆਸਤ ਕਿਸ ਤਰੀਕੇ ਦੀ ਹੈ? ਸੁਖਵਿੰਦਰ ਜੀ, ਇਹ ਪੰਜਾਬੀਆਂ ਨਾਲ ਧੋਖਾ ਤੇ ਪੰਜਾਬੀਆਂ ਨਾਲ ਵਿਸ਼ਵਾਸਘਾਤ ਆ। ਠੀਕ ਆ, ਪਾਣੀਆਂ ਦੇ ਮਾਮਲੇ 'ਚ ਬਹੁਤ ਵੱਡੀਆਂ ਗਲਤੀਆਂ ਕੀਤੀਆਂ ਨੇ ਸਿਆਸੀ ਪਾਰਟੀਆਂ ਨੇ, ਮਾਲਕੀ ਦੇ ਹੱਕ ਲਈ ਲੜਾਈ ਨਹੀਂ ਲੜੀ। ਇਹ ਸਹੀ ਪਾਸੇ ਮੋੜਾ ਉਦੋਂ ਸ਼ੁਰੂ ਹੋਇਆ ਸੀ ਜਦੋਂ ਬਾਦਲ ਸਾਹਿਬ ਨੇ ਮੰਨ ਲਿਆ ਸੀ ਦੇਵੀ ਲਾਲ ਕੋਲੇ ਵੀ ਅਸੀਂ ਉਦਘਾਟਨ ਕਰਾਂਗੇ। ਉਹ ਕੁਦਰਤੀ ਗੱਲ ਟੌੜਾ ਸਾਹਿਬ ਕੋਲੇ ਪਹੁੰਚ ਗਈ ਤੇ ਉਹਨਾਂ ਨੇ ਆ ਕੇ ਖੰਡਾ ਖੜਕਾਤਾ, ਉਦਘਾਟਨ ਕਰਨ ਨੂੰ ਵੀ ਰੋਕਿਆ ਬਾਦਲ ਸਾਹਿਬ ਨੂੰ, ਤੇ ਸੁਪਰੀਮ ਕੋਰਟ 'ਚ ਰਿੱਟ ਵੀ ਪਵਾਈ ਪੰਜਾਬ ਦੇ ਪਾਣੀਆਂ ਦੀ ਮਾਲਕੀ ਦੀ, ਜਿਹੜੀ ਪੰਜਾਬ ਨੂੰ ਪੰਜਾਬੀ ਸੂਬਾ ਤਾਂ ਬਣਾਇਆ ਨਹੀਂ, ਜਿਵੇਂ ਸਾਰੇ ਮੁਲਕ ਦੇ ਸੂਬੇ ਬਣਾਇਆ, ਪੰਜਾਬੀ ਸੂਬਾ ਨਹੀਂ ਬਣਾਇਆ। ਪੰਜਾਬ ਵੰਡਿਆ ਮੁੜ ਕੇ 47 ਮੌਕੇ ਵੰਡਿਆ ਗਿਆ ਤੇ ਮੁੜ ਕੇ ਫਿਰ ਇਹ ਵੰਡਿਆ, ਦਰਬਾਰਾ ਸਿੰਘ ਤੋਂ ਰਿੱਟ ਵਾਪਸ ਕਰਾ ਲਈ, ਮੁੜ ਕੇ ਸਮਝੌਤੇ ਕਰ ਲਏ, SYL ਅਸੀਂ ਕੱਢਾਂਗੇ ਜੀ, ਚੰਡੀਗੜ੍ਹ ਮਿਲ ਜੂ, ਉਹ ਸਾਰਾ ਅਮਲ ਚੱਲਿਆ। ਉਦੋਂ ਬਾਅਦ ਇਸ ਲੜਾਈ ਨੂੰ ਨਵਾਂ ਰੁੱਖ ਦਿੱਤਾ ਕੈਪਟਨ ਅਮਰਿੰਦਰ ਸਿੰਘ ਨੇ, ਜਦੋਂ ਸੁਪਰੀਮ ਕੋਰਟ ਨੇ ਹੁਕਮ ਕੀਤਾ ਸੀ ਕਿ ਬਣਾਉਣੀ ਪੈਣੀ ਆ ਨਹਿਰ, ਜਿਹੜਾ ਪਾਣੀਆਂ ਦੇ ਸਮਝੌਤੇ ਰੱਦ ਕਰਨ ਦਾ ਉਹਨਾਂ ਨੇ ਕਾਨੂੰਨ ਪਾਸ ਕੀਤਾ, ਉਹਨੇ ਪਾਣੀਆਂ ਦੇ ਮਸਲੇ ਨੂੰ ਇੱਕ ਨਵੀਂ ਸੇਧ ਦਿੱਤੀ। ਵਿਧਾਨ ਸਭਾ 'ਚ ਇਹ ਕੀਤਾ ਗਿਆ ਕਿ ਪੰਜਾਬ ਦੇ ਪਾਣੀਆਂ ਦਾ ਮਾਲਕ ਪੰਜਾਬ ਆ, ਅਸੀਂ ਜਿਹੜਾ ਪਹਿਲਾਂ ਪਾਣੀ ਜਾਂਦਾ ਉਹਨੂੰ ਨਹੀਂ ਰੋਕਦੇ, ਪਰ ਕੋਈ ਨਵਾਂ ਸਮਝੌਤੇ ਅਨੁਸਾਰ ਕੋਈ ਪਾਣੀ ਦੇਣ ਦੀ ਅਸੀਂ ਬਿਲਕੁਲ ਪਾਬੰਦ ਨਹੀਂ ਹੋਵਾਂਗੇ। ਇਹ ਨਵੀਂ ਸੇਧ ਦਿੱਤੀ ਗਈ ਉਸ ਵੇਲੇ। ਇਹਦੀ ਪੈਰ 'ਚ ਪੈਰ ਧਰਦਿਆਂ ਬਾਦਲ ਸਾਹਿਬ ਨੇ ਆਪਣੀ ਸਰਕਾਰ ਬਣਾਉਣ ਵੇਲੇ 2007 'ਚ ਸਰਬਸੰਮਤੀ ਨਾਲ ਇੱਕ ਬਿੱਲ ਪਾਸ ਹੋਏ ਸੀ, ਬਾਦਲ ਸਾਹਿਬ ਤੇ ਕੈਪਟਨ ਸਾਹਿਬ ਆਪ ਜਾ ਕੇ ਗਵਰਨਰ ਨੂੰ ਦੇ ਕੇ ਆਏ ਸੀ। ਬਾਦਲ ਸਾਹਿਬ ਨੇ ਇੱਕ ਹੋਰ ਬੜਕ ਮਾਰੀ ਫੋਕੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਕਾਨਫਰੰਸ ਕਰਕੇ ਕਿ 5 ਰੱਦ ਕਰਾਂਗੇ, ਜਿਹੜੀ ਪਾਣੀਆਂ ਦੀ ਸਮਝੌਤੇ ਦੀ ਆ ਉਹ ਰੱਦ ਹੋ ਨਹੀਂ ਸਕਦੀ ਸੀ। ਜਿਹੜਾ ਸਾਂਝੇ ਪੰਜਾਬ 'ਚ ਨਹਿਰਾਂ ਬਣੀਆਂ ਹੋਈਆਂ, ਪਾਣੀ ਦਿੱਤਾ ਜਾ ਰਿਹਾ, ਉਹਨੂੰ ਬੰਦ ਨਹੀਂ ਕੀਤਾ ਜਾ ਸਕਦਾ ਸੀ, ਜਿਵੇਂ ਹੁਣ ਇਹ ਕਹਿ ਰਿਹਾ ਸੁਖਬੀਰ ਬਾਦਲ। ਫਿਰ ਮਸਲਾ ਲੀਹ ਤੇ ਲਿਆਂਦਾ ਬੈਂਸ ਭਰਾਵਾਂ ਨੇ, ਦੇਖੋ ਜੀ ਉਹਨਾਂ ਦੀ ਪਿੱਠ ਸੁਣਦੀ ਆ, ਚਾਹੇ ਉਹ ਕਿੱਧਰ ਗਏ, ਅੱਜ ਭਾਜਪਾ ਨਾਲ ਨੇ ਕਿਤੇ ਹੋਰ ਨੇ, ਉਹਨਾਂ ਨੇ ਇਸ਼ੂ ਲਿਆਂਦਾ ਵੀ ਪੰਜਾਬ ਦੇ ਪਾਣੀਆਂ ਦੀ ਰਾਇਲਟੀ ਲਈ ਜਾਵੇ। ਇਹ ਬਾਦਲ ਸਾਹਿਬ ਦੀ ਸਰਕਾਰ ਵੇਲੇ ਪੰਜਾਬ ਵਿਧਾਨ ਸਭਾ 'ਚ ਮਤਾ ਪਾਸ ਹੋਇਆ ਸਰਬਸੰਮਤੀ ਨਾਲ। ਪੰਜਾਬ ਵਿਧਾਨ ਸਭਾ ਐਲਾਨ ਕਰਦੀ ਹੈ ਕਿ ਪੰਜਾਬ ਦੇ ਦਰਿਆਵਾਂ ਦੇ ਪਾਣੀਆਂ ਦਾ ਮਾਲਕ ਪੰਜਾਬ ਆ। ਪੰਜਾਬ ਵਿਧਾਨ ਸਭਾ ਪੰਜਾਬ ਸਰਕਾਰ ਨੂੰ ਹਦਾਇਤ ਕਰਦੀ ਹੈ ਕਿ ਦੂਜੇ ਰਾਜਾਂ ਨੂੰ ਜਿਹੜਾ ਜਾ ਰਿਹਾ ਪਾਣੀ, ਰਾਜਸਥਾਨ, ਹਰਿਆਣਾ ਤੇ ਦਿੱਲੀ ਨੂੰ, ਉਹਨਾਂ ਦੀ ਕੀਮਤ ਵਸੂਲਣ ਲਈ ਲੋੜੀਂਦੀ ਚਾਰਾਜੋਈ ਕੀਤੀ ਜਾਵੇ। ਕੱਖ ਨਹੀਂ ਕੀਤਾ ਕਿਸੇ ਨੇ। ਮੁੜ ਕੇ ਕੈਪਟਨ ਸਾਹਿਬ ਦੀ ਸਰਕਾਰ ਆਈ, ਇਹੀ ਮਤਾ ਫੇਰ ਪਿਆ, ਫਿਰ ਵੀ ਕੱਖ ਨਹੀਂ ਕੀਤਾ ਕਿਸੇ ਨੇ। ਅੱਜ ਇਹ ਜਿਹੜੀ ਸੇਧ ਆ, ਇਹਨੂੰ ਬੁਲੰਦ ਕਰਨ ਦੀ ਥਾਂ ਇਹ ਤੇ ਅੱਗੇ ਵਧਣ ਦੀ ਥਾਂ ਚੁਟਕਲੇ ਛੱਡੇ ਜਾ ਰਹੇ ਨੇ। ਜਮਨਾ ਸਤਲੁਜ ਲਿੰਕ ਲਹਿਰ ਬਣਾ ਲਓ ਜੀ, ਕਹਿੰਦਾ ਮੈਨੂੰ ਸਤਲੁਜ ਦੇ ਪਾਣੀਆਂ ਦਾ ਰਾਖਾਂ ਜੀ, ਮੈਂ ਵੀ ਖਾਲ ਤੇ ਡਿਊਟੀ ਲੱਗਦੀ ਰਹੀ ਆ। ਕਿਸਾਨ ਹੱਸਦੇ ਨੇ ਵੀ ਖਾਲ ਤੇ ਤਾਂ ਕਿਸੇ ਦੀ ਡਿਊਟੀ ਨਹੀਂ ਲੱਗਦੀ ਹੁੰਦੀ ਸੀ, ਨੱਕਾ ਛੱਡ ਕੇ ਨੱਕੇ ਮੋੜ ਨਾਲ ਖਾਲ 'ਚ ਗੇੜਾ ਮਾਰ ਲੈਂਦਾ ਸੀ, ਜਾਂ ਪਤਾ ਲੱਗ ਜਾਂਦਾ ਸੀ ਪਾਣੀ ਘੱਟ ਗਿਆ ਦੇਖ ਲੈਂਦਾ ਸੀ, ਕਿਤੇ ਘਰ ਲਪਈਆ ਉਹਨੂੰ ਬੰਦ ਕਰ ਦਿੰਦਾ ਸੀ। ਸੋ ਇਸ ਕਰਕੇ ਰਾਵੀ ਦਾ ਪਾਣੀ ਦੋ ਦਰਿਆਵਾਂ ਦੇ ਉੱਪਰ ਦੀ ਲੰਘਾ ਕੇ ਦੇਣ ਦਾ ਸਵਾਲ ਆ। ਸੋ ਪਾਣੀਆਂ ਦੀ ਮਾਲਕੀ ਤਾਂ ਇਹ ਕੀਤੇ ਬਿਨਾਂ ਵੰਡ ਕਿਵੇਂ ਹੋਜੂ? ਪੰਜਾਬ ਨੇ ਕਦੇ ਨਹੀਂ ਕਿਹਾ ਕਿ ਅਸੀਂ ਪਾਣੀ ਨਹੀਂ ਦੇਣਾ ਇਸ ਤੋਂ ਪਹਿਲਾਂ। ਪੰਜਾਬ ਪਾਣੀ ਦਿੰਦਾ ਰਿਹਾ, ਕਦੇ ਇਹ ਗੱਲ ਵੀ ਨਹੀਂ ਉਠਾਈ ਮੁੜ ਕੇ ਜਿਹੜੀ 1955 'ਚ ਮੀਟਿੰਗ ਹੋਈ ਸੀ ਵੀ ਉਹ ਪਾਣੀ ਦੀ ਕੀਮਤ ਤੈਅ ਕਰਨੀ ਸੀ। ਫਿਰ ਇਹ ਕਹਿ ਦਿੰਦੇ ਨੇ ਅੰਗਰੇਜ਼ਾਂ ਨੂੰ ਚੰਗਾ ਕਹਿੰਦੇ ਹੋ, ਅੰਗਰੇਜ਼ਾਂ ਨੇ ਜਿੰਨਾ ਪੰਜਾਬ ਦਾ ਪਾਣੀ ਬੀਕਾਨੇਰ ਨਹਿਰ ਰਾਹੀਂ ਜਾਂ ਪੈਪਸੂ ਨੂੰ ਦਿੱਤਾ ਉਹਦਾ ਮੁੱਲ ਲਿਆ ਸੀ, ਪੰਜਾਬ ਨੂੰ ਪੈਸੇ ਲੈ ਕੇ ਦਿੰਦੇ ਸੀ ਉਹ, ਤੇ ਉਹ ਵੀ ਸਾਰਾ ਖੱਟੇ ਵੱਟੇ ਪਿਆ। ਸੋ ਇਸ ਕਰਕੇ ਇਹ ਜਿਹੜਾ ਰੌਲਾ ਪਾ ਰਿਹਾ, ਇਹ ਅਸਲੀ ਮੁੱਦੇ ਤੋਂ ਧਿਆਨ ਭਟਕਾ ਕੇ, ਜਾਂ ਜਿਹੜੀ ਗੱਲ ਤੁਸੀਂ ਕਹਿੰਦੇ ਹੋ, ਮੈਂ ਕਹਿੰਦਾ ਹਰਿਆਣੇ ਦਾ, ਹਰਿਆਣੇ ਤੋਂ ਜਿਹੜਾ ਰਾਜ ਸਭਾ ਮੈਂਬਰ ਆ, ਹੈਗਾ ਉਹ ਪੰਜਾਬ ਦਾ ਰਾਜ ਸਭਾ ਮੈਂਬਰ,
ਉਦੋਂ ਦੇ ਵੀ ਆਪਾਂ ਰੌਲਾ ਪਾਉਂਦੇ ਸੀ, ਉਹ ਡਾਕਾ ਮਾਰ ਲਿਆ ਪੰਜਾਬ ਦੀਆਂ ਰਾਜ ਸਭਾ ਦੀਆਂ ਸੀਟਾਂ ਤੇ। ਕਿੱਥੇ ਨੇ ਰਾਜ ਸਭਾ ਮੈਂਬਰ ਜਿਹੜੇ ਪੰਜਾਬ ਦੇ ਹੱਕਾਂ ਲਈ ਬੋਲਦੇ ਆ? ਤੇ ਉਹ ਤਾਂ ਕਹਿੰਦਾ ਸੀ ਉਸਕੇ ਪਾਸ ਇੱਕ ਕਮਰਾ ਚਾਹੀਏ, ਉਸਕੇ ਪਾਸ ਲਾਲ ਬੱਤੀ ਵਾਲੀ ਗਾੜੀ ਵੀ ਨਹੀਂ ਚਾਹੀਏ, ਉਸਕੇ ਪਾਸ ਅਖਤਿਆਰੀ ਫੰਡ ਵੀ ਨਾ ਚਾਹੀਏ। ਤੇ ਹੁਣ ਵੱਡਾ ਬੰਗਲਾ ਰੱਖਣ ਲਈ ਸਾਰਾ ਜ਼ੋਰ ਲਾਤਾ, ਮੈਨੂੰ ਵੱਡਾ ਬੰਗਲਾ ਜਿਹੜਾ ਮੇਰੇ ਕੋਲ ਰਹਿਣਾ ਚਾਹੀਦਾ, ਜਿਹੜਾ ਉਦੋਂ ਲਿਹਾਜ਼ ਕਰਕੇ ਇਹਨੂੰ ਅਲਾਟ ਕਰਤਾ। ਉਦੋਂ ਬਾਅਦ ਫਿਰ ਕਾਨੂੰਨ ਯਾਦ ਆ ਗਏ, ਫਿਰ ਉਹਨਾਂ ਨੇ ਰੱਦ ਕਰਤਾ। ਸੋ ਸੰਦੀਪ ਦਿਕਸ ਦਾ ਜਿਹੜਾ ਬਿਆਨ ਆ ਇਹ ਪੰਜਾਬ ਦੇ ਲੋਕ ਸੰਦੀਪ ਪਾਠਕ ਦਾ ਜਿਹੜਾ ਬਿਆਨ ਆ ਇਹ ਪੰਜਾਬ ਦੇ ਲੋਕਾਂ ਨਾਲ ਵਿਸ਼ਵਾਸਘਾਤ ਆ। ਪੰਜਾਬ ਦੀ ਵਿਧਾਨ ਸਭਾ ਵੱਲੋਂ ਪਾਸ ਕੀਤੇ ਮਤੇ ਨੂੰ ਰੱਦ ਕਰਨਾ, ਪੰਜਾਬ ਦੇ ਪਾਣੀਆਂ ਦੀ ਮਾਲਕੀ ਨੂੰ ਦਿੱਲੀ ਤੇ ਹਰਿਆਣਾ ਦੇ ਵਿੱਚ ਵੰਡਣਾ, ਚਾਹੀਦਾ ਇਹਨਾਂ ਨੂੰ ਇਹ ਆ ਆਪਣੀ ਪੋਜੀਸ਼ਨ ਸਪਸ਼ਟ ਕਰਨ, ਕਿਉਂਕਿ ਹੱਥ ਦੀ ਸਫਾਈ ਦੇਣ ਮਾਰਨ ਦਾ ਤਾਂ ਮਾਹਰ ਆ ਇਹ ਭਗਵੰਤ ਮਾਨ, ਪਤਾ ਨਹੀਂ ਹੁਣ ਇਹ ਤੇ ਕੀ ਚਾਲ ਚੱਲੂ ਕੀ ਚਾਲ ਖੇਡੂ। ਸੋ ਇਹ ਆ ਅਸਲ ਨੀਤੀ ਇਹਨਾਂ ਦੀ ਇਹ ਆ ਜਿਹੜੀ ਸੰਦੀਪ ਨੇ ਕਹਿਤੀ, ਜਿਹੜੀ ਸੰਦੀਪ ਨੇ ਸਾਹਮਣੇ ਲਿਆਤੀ। ਜੀ ਤੋਂ ਧਿਆਨ ਭਟਕਾਉਣ ਲਈ ਆ ਸਾਰੇ ਪਖੰਡ ਕਰਦਾ ਇਹ, ਕਦੇ ਅਰਦਾਸਾਂ ਦੇ ਕਰਦਾ, ਕਦੇ ਬਹਿਸਾਂ ਦੇ ਕਰਦਾ। ਇਹ ਵਿਧਾਨ ਸਭਾ ਦਾ ਦੋ ਦਿਨ ਦਾ ਇਜਲਾਸ ਆ, ਕਰਦੇ ਉਹਨੂੰ 30 ਤੱਕ ਵਧਾ ਦੇ ਨਾ, ਕਰ ਲਾ ਉੱਥੇ ਨਿਯਮਾਂ ਅਨੁਸਾਰ ਵੀ ਬਹਿਸ ਹੋ ਜੂ, ਮੁੱਦੇ ਅਨੁਸਾਰ ਵੀ ਹੋ ਜੂ। ਉਹਦਾ ਏਜੰਡਾ ਨਹੀਂ ਦੱਸਦਾ, ਉਹ ਜੇ ਉਜਾੜੇ ਦੀ ਦਾਸਤਾਨ ਆ, ਉਜੜੇ ਗੱਲਾਂ ਦੇ ਬਾਗਾਂ ਦੇ ਗੱਲਣ ਪਟਵਾਰੀ ਵਾਲੀ ਉਹ ਸ਼ੁਰੂ ਕਰ ਲਈ ਇਹਨੇ। ਜੀ ਸੁਖਵਿੰਦਰ, ਇਹਦੇ ਵਿਚਾਲੇ ਆਪਾਂ ਜਦੋਂ ਕਿਉਂਕਿ ਨਸ਼ੇ ਦੀ ਵੀ ਗੱਲ ਹੋਈ ਆ, ਪਾਣੀਆਂ ਦੀ ਵੀ ਗੱਲ ਹੋਈ ਆ, ਬੇਅਦਬੀਆਂ ਦਾ ਵੀ ਮੁੱਦਾ ਹੈ ਕਿ ਉਹਨੂੰ ਉਹਦੇ ਇਨਸਾਫ਼ ਨੂੰ ਲੈ ਕੇ ਬੜੇ ਵਾਅਦੇ ਕਰਕੇ ਆਏ। ਉੱਥੇ ਪਿਛਲੇ ਦਿਨਾਂ ਦੇ ਵਿੱਚ ਬਰਸੀ ਮਨਾਈ ਗਈ ਆ, ਕੁੰਵਰ ਵਿਜੇ ਪ੍ਰਤਾਪ ਹੋਰੀ ਉੱਥੇ ਪਹੁੰਚੇ, ਜਾਂ ਉੱਥੇ ਜਿਹੜੇ ਬਰਗਾੜੀ ਮੋਰਚੇ ਉੱਤੇ ਬੈਠੇ ਸੀ ਉਹ ਪਰਿਵਾਰ ਜਿਹੜੇ ਨੇ ਉਹ ਵੀ ਉੱਥੇ, ਉਹਨਾਂ ਨੇ ਵੀ ਆਪਣਾ ਜਿਹੜਾ ਦੁੱਖ ਜ਼ਾਹਰ ਕੀਤਾ। ਠੀਕ ਹੈ, ਸਰਕਾਰ ਵੱਲੋਂ ਜਿਹੜੀ ਕਮੇਟੀ ਬਣਾਈ ਆ ਉਹ ਵੀ ਜਾ ਕੇ ਇੱਕ ਦੋ ਦਿਨ ਪਹਿਲਾਂ ਜਾ ਕੇ ਉੱਥੇ ਪਹੁੰਚ ਕਰਕੇ ਆਈ, ਭਰੋਸਾ ਦੇ ਕੇ ਆਈ ਕਿ ਕੋਈ ਵੀ ਇਹੋ ਜਿਹਾ ਐਕਸ਼ਨ ਨਾ ਲੈਣ, ਅਸੀਂ ਛੇਤੀ ਇਨਸਾਫ਼ ਦਿਆਂਗੇ। ਪਰ ਹੁਣ ਇੱਕ ਨਵੀਂ ਖਬਰ ਸੁਣੀ ਹੈ ਕਿ ਕੋਟਕਪੂਰਾ ਗੋਲੀਕਾਂਡ ਵਾਲੇ ਮਾਮਲੇ 'ਚ ਜਿਹਨਾਂ ਨੂੰ ਮੁਲਜ਼ਮ ਬਣਾਇਆ ਗਿਆ, ਜਿਹੜੇ ਪੁਲਿਸ ਅਧਿਕਾਰੀ ਨੇ ਸਾਬਕਾ SSP ਤੇ SHO ਵਗੈਰਾ, ਉਹਨਾਂ ਸਾਰਿਆਂ ਨੇ ਕਿਹਾ ਕਿ ਇਸ ਮਾਮਲੇ ਦੇ ਵਿੱਚ ਤੁਸੀਂ ਜਿਹੜੇ ਸਿੱਖ ਪ੍ਰਚਾਰਕ ਨੇ ਉਹਨਾਂ ਨੂੰ ਵੀ ਮੁਲਜ਼ਮ ਬਣਾਓ, ਜਿਹੜੇ ਕਹਿੰਦੇ ਨੇ ਕਿ ਸਾਡੇ ਤੇ ਹਮਲਾ ਹੋਇਆ। ਉਹ ਕਹਿੰਦੇ ਪੁਲਿਸ ਨੂੰ ਵੀ ਉੱਥੇ ਇਸ ਹਮਲੇ ਦਾ ਜਿਹੜਾ ਸਾਹਮਣਾ ਕਰਨਾ ਪਿਆ, ਉਹ ਵੀ ਜ਼ਖਮੀ ਹੋਏ ਨੇ। ਪਰ ਪੰਜਾਬ ਸਰਕਾਰ ਆਪਣਾ ਸਟੈਂਡ ਉੱਥੇ ਹੋਰ ਤਰੀਕੇ ਨਾਲ ਰੱਖ ਰਹੀ ਹੈ ਕਿ ਨਹੀਂ ਏਦਾਂ ਨਹੀਂ ਹੋ ਸਕਦਾ। ਪਰ ਜੇ ਮੰਨ ਲਓ ਕਿ ਕੱਲ ਨੂੰ ਅਦਾਲਤ ਇਸ ਗੱਲ ਨੂੰ ਮੰਨ ਲੈਂਦੀ ਹੈ ਕਿ ਕਿਉਂ ਨਹੀਂ ਉਹਨਾਂ ਧਿਰਾਂ ਨੂੰ ਸਾਹਮਣੇ ਲਿਆਂਦਾ ਜਾ ਰਿਹਾ, ਉਹਨਾਂ ਪ੍ਰਚਾਰਕਾਂ ਨੂੰ ਢੱਡਰੀਆਂ ਵਾਲੇ ਦਾ ਨਾਂ ਹੈ, ਧੁੰਮੇ ਦਾ ਨਾਂ ਹੈ, ਜਾਂ ਹੋਰ ਜਿਹੜੇ ਨੇ ਪ੍ਰਚਾਰਕ ਉਹਨਾਂ ਦਾ ਨਾਮ ਹੈ, ਤਾਂ ਫਿਰ ਇਹ ਮਾਮਲਾ ਕੀ ਹੋਰ ਮੋੜ ਕੱਟ ਸਕਦਾ ਜਾਂ ਇਹ ਹੋਰ ਉਲਝਣ ਦੇ ਵਿੱਚ ਪੈ ਸਕਦਾ ਹੈ? ਸੁਖਵਿੰਦਰ ਜੀ, ਉਹ ਕਹਿੰਦੇ ਆ ਵੀ ਥੋਥਾ ਚਨਾ ਬਾਜੇ ਘਨਾ, ਹਾਈ ਕੋਰਟ ਵੱਲੋਂ ਫਟਕਾਰ ਪਈ ਵੀ ਪੁਲਿਸ ਤਾਂ ਰਲੀ ਹੋਈ ਆ ਨਸ਼ਾ ਤਸਕਰਾਂ ਨਾਲ, ਆਹ ਕੁਛ ਕਰ ਰਹੀ ਆ, ਨਸ਼ਿਆਂ ਖਿਲਾਫ਼ ਜੰਗ ਦਾ ਐਲਾਨ। ਹੁਣ ਜਿਹੜੀ ਤੁਸੀਂ ਗੱਲ ਕਹੀ ਆ ਨਾ ਜੀ, ਇਹ ਗੱਲ ਉਹੀ ਹੈ ਜਿਹੜੀ ਮੈਂ ਪਹਿਲਾਂ ਸ਼ਾਇਦ ਤੁਹਾਨੂੰ ਕਹਿਤੀ ਕਿ ਇਨਸਾਫ਼ ਦੀ ਸਿਆਸਤ ਦੀ ਥਾਂ ਵੋਟਾਂ ਦੀ ਸਿਆਸਤ ਕੀਤੀ ਜਾ ਰਹੀ ਆ। ਮਸਲੇ ਨੂੰ ਉਲਝਾਓ, ਜ਼ਿਆਦੇ ਉਲਝਾਓ, ਹੋਰ ਉਲਝਾਓ, ਤਾਂ ਕਿ ਲੋਕ ਇਹ ਖਹਿੜਾ ਛੱਡ ਜਾਣ, ਵੀ ਛੱਡੋ ਯਾਰੇ, ਚੋਂ ਕੱਢਣ ਪਾਉਣ ਨੂੰ ਕੁਛ ਨਹੀਂ। ਸੋ ਇਹ ਕਾਨੂੰਨੀ ਦਾਅ ਪੇਚ ਨੇ ਜਿਹਨਾਂ ਨਾਲ ਹੁਣ ਤੱਕ ਇਹ ਮਸਲੇ ਲਮਕਾਏ ਗਏ ਨੇ, ਤੇ ਇਹੋ ਜਿਹੇ ਕਾਨੂੰਨੀ ਦਾਅ ਪੇਚ ਹੋਰ ਚੱਲ ਸਕਦੇ ਨੇ ਜਿਹਦੇ ਨਾਲ ਮਤਲਬ ਪ੍ਰਚਾਰਕ ਫਸਣ ਨਾ ਫਸਣ, ਉਹਨਾਂ ਨੂੰ ਸਜ਼ਾ ਹੋਵੇ ਨਾ ਹੋਵੇ, ਪਰ ਇਹ ਮਾਮਲਾ ਤੇ ਇਸ ਹੱਦ ਤੱਕ ਉਲਝਾ ਦੇਣਗੇ ਨਾ ਜੀ, ਵੀ ਇਹਦਾ ਕੋਈ ਮੂੰਹ ਸਿਰੇ ਨਹੀਂ ਲੱਗਣਾ ਕਿਸੇ ਪਾਸੇ। ਸਰਕਾਰ ਆ ਜਿਹੜੀ ਇੰਨੀਆਂ SIT ਬੈਠੀਆਂ ਨੇ, ਇੰਨਾ ਸਾਰਾ ਕੁਛ ਕੀਤਾ, ਲਮਕਾਈ ਜਾਂਦੇ ਨੇ, ਉਲਝਾਈ ਜਾਂਦੇ ਨੇ, ਗੱਲ ਕਿਸੇ ਸਿਰੇ ਤਾਂ ਲਾਉਂਦੇ ਨਹੀਂ। ਉਹਦੇ ਵਿੱਚੋਂ ਕੋਈ ਨਾ ਕੋਈ ਤੇੜ ਹੁੰਦੀ ਆ, ਵਿਰਲ ਹੁੰਦੀ ਆ, ਉਹਦੇ ਵਿੱਚ ਹੋਰ ਵੀ ਕਈ ਜਾਣੇ ਅਣਜਾਣੇ ਭਾਈਵਾਲ ਬਣ ਜਾਂਦੇ ਨੇ। ਜਿਵੇਂ ਸੁਖਰਾਜ ਇਹ ਕਹਿਣ ਲੱਗ ਗਿਆ ਵੀ ਜਿਹੜੇ ਗਵਾਹ ਸੀ ਜੀ ਉਹਨਾਂ ਨੂੰ ਦੋਸ਼ੀ ਬਣਾ ਲਿਆ, ਬਾਕੀਆਂ ਨੂੰ ਐਂ ਕਰ ਲਿਆ, ਇਹ ਸਾਰਾ ਘਚੋਲਾ ਪੈ ਰਿਹਾ। ਸਰਕਾਰ ਦੀ ਖੇਡ ਤਾਂ ਹੈਗੀ ਉਹ ਹੈਗੀ ਆ, ਜਿਹੜੇ ਇਨਸਾਫ਼ ਮੰਗਣ ਵਾਲੇ ਆ ਉਹ ਵੀ ਕਿਸੇ ਨਾ ਕਿਸੇ ਰੂਪ 'ਚ ਇਹਦਾ ਸ਼ਿਕਾਰ ਹੋ ਜਾਂਦੇ ਆ। ਜੀ ਸੁਖਵਿੰਦਰ ਜੀ, ਬਿਲਕੁਲ। ਅਗਲੀ ਖਬਰ ਇਹ ਆ ਕਿ ਸਰਕਾਰ ਦੇ MLAs ਤੇ ਮੰਤਰੀਆਂ ਤੇ ਲਗਾਤਾਰ ਸਵਾਲ ਉੱਠਦੇ ਨੇ। ਹੁਣ ਮੀਥੇਰ ਉਹਨਾਂ ਨੇ ਕਹਿ ਦਿੱਤਾ ਕਿ ਆ ਜਿਹੜਾ ਕੁਲਚੇ ਦਾ ਰੌਲਾ ਪੈ ਰਿਹਾ ਉਹਦੇ ਵਿੱਚ ਸਾਡਾ ਕੋਈ ਲੈਣਾ ਦੇਣਾ ਨਹੀਂ। ਉਹ ਕਹਿੰਦੇ ਮੈਂ ਤੇ ਸਿਆਸਤ ਛੱਡ ਦਾਂਗਾ, ਕੋਈ ਇਸ ਗੱਲ ਨੂੰ ਸਾਬਤ ਕਰਕੇ ਦਿਖਾਏ ਕਿ ਅਸੀਂ ਕੁਝ ਇਹੋ ਜਿਹਾ ਕੁਲਚਿਆਂ ਦੇ ਖਾਣ ਨੂੰ ਲੈ ਕੇ ਕੋਈ ਧੱਕਾ ਕਿਸੇ ਨਾਲ ਕੀਤਾ ਜਾਂ ਕੁਝ ਵੀ ਆ, ਜੋ ਵੀ ਆ ਉਹਨਾਂ ਨੇ ਮਤਲਬ ਆਪਣੇ ਵੱਲੋਂ ਕਹਿ ਦਿੱਤਾ ਕਿ ਇਹ ਸਭ ਕੁਝ ਝੂਠਾ ਤੇ ਬੇਬੁਨਿਆਦ ਹੈ, ਇੱਕ ਤਰੀਕੇ ਦੀ ਘਟੀਆ ਸਿਆਸਤ ਹੈ, ਉਹ ਸਾਰਾ ਕੁਝ ਆ। ਪਰ ਉੱਧਰ ਇੱਕ MLA ਦੀ ਆਡੀਓ ਵੀ ਵਾਇਰਲ ਹੋਈ ਆ, ਉਹਨੂੰ ਲੈ ਕੇ ਵੀ ਸਵਾਲ ਉੱਠ ਰਹੇ ਨੇ ਕਿ JEE ਨੂੰ ਜਿਸ ਤਰੀਕੇ ਨਾਲ ਏਦਾਂ ਕਹਿ ਲਓ ਕਿ
ਧਮਕਾਇਆ ਜਾ ਰਿਹਾ ਜਾਂ ਕਿਹਾ ਜਾ ਰਿਹਾ ਕਿ ਤੂੰ ਇੱਦਾਂ ਕਰ ਖੰਬੇ ਦੇ ਮਾਮਲੇ ਨੂੰ ਲੈ ਕੇ। ਫਿਰ ਇੱਕ ਪਾਸੇ ਇੱਕ ਹੋਰ MLA ਜਿਹੜੇ ਬਲਕਾਰ ਸਿੱਧੂ ਨੇ ਉਹਨਾਂ ਦੇ PA ਦੀ ਵੀਡੀਓ ਚੱਲ ਰਹੀ ਆ, ਉਹ ਇੰਟਰਵਿਊਸ ਦੇ ਰਹੇ ਨੇ, ਉਹ ਕਹਿ ਰਹੇ ਨੇ ਕਿ ਪਾਰਟੀ ਦੇ ਵਿੱਚ ਵਰਕਰਾਂ ਦੀ ਕੋਈ ਪੁੱਛ ਪੜਤਾਲ ਨਹੀਂ, ਇਸ ਕਰਕੇ ਮੈਂ ਛੱਡ ਦਿੱਤਾ ਆ। ਤਾਂ ਇਹ ਸਾਰੇ ਸਵਾਲ ਨੇ ਕਿ ਪਾਰਟੀ ਦੇ ਅੰਦਰ ਇੱਕ ਮਤਲਬ ਕਿ ਜਾਂ ਕਹਿ ਲਓ ਕਿ ਸਾਹਮਣੇ ਵੀ ਸਾਰਾ ਕੁਝ ਆ ਜਾਂਦਾ ਕਿ ਜਿਹਨਾਂ ਨੂੰ ਤੁਸੀਂ ਆਮ ਕਹਿੰਦੇ ਸੀ ਉਹ ਖਾਸਮ ਖਾਸ ਕਿਵੇਂ ਬਣ ਰਹੇ ਨੇ, ਜਾਂ ਪਾਰਟੀ ਦੇ ਅੰਦਰ ਸਭ ਕੁਝ ਨਹੀਂ ਸੰਭਲ ਰਿਹਾ, ਇੱਕ ਦੌੜ ਜਿਹੜੀ ਉਹ ਪਿੱਛੇ ਜੇ ਮੰਤਰੀਆਂ ਦੀ ਵੀ ਲੱਗੀ ਰਹਿੰਦੀ ਆ, ਜਾਂ ਗਾਹ ਵੀ ਹੋ ਸਕਦਾ ਕਿ ਕੋਈ ਮੰਤਰੀਆਂ ਦੀ ਦੌੜ ਉਸੇ ਤਰੀਕੇ ਨਾਲ ਚੱਲਦੀ ਰਹੇ, ਤਾਂ ਫਿਰ ਕੀ ਇਹ ਸਾਰਾ ਬੇਕਾਬੂ ਹੁੰਦਾ ਜਾ ਰਿਹਾ, ਜਿਵੇਂ ਪ੍ਰਤਾਪ ਸਿੰਘ ਬਾਜਵਾ ਸਾਹਿਬ ਵਰਗੇ ਕਹਿੰਦੇ ਸੀ ਕਿ ਸਾਡੇ ਸੰਪਰਕ ਦੇ ਵਿੱਚ ਇਹਨਾਂ ਦੇ ਬੰਦੇ ਨੇ, ਤੇ ਇਹ ਸਾਰਾ ਕੁਝ ਲੋਕ ਸਭਾ ਚੋਣਾਂ ਤੋਂ ਪਹਿਲਾਂ ਅਸੀਂ ਦੇਖ ਸਕਦੇ ਹਾਂ? ਦੇਖੋ ਜੀ, ਇੱਕ ਗੱਲ ਤਾਂ ਪੱਕੀ ਆ, ਇਹ ਸਰਕਾਰ ਦੀ ਕਾਰਜਸ਼ੈਲੀ ਤੇ ਕਾਰਗੁਜ਼ਾਰੀ ਐਡੀ ਨਖਿੱਧਾ ਕਿ ਲੋਕਾਂ ਦੇ ਵਿੱਚ ਵੀ ਰੋਸ ਫੈਲ ਰਿਹਾ ਤੇ ਵਿਧਾਇਕਾਂ ਦੇ ਵਿੱਚ ਵੀ ਰੋਸ ਫੈਲ ਰਿਹਾ। ਇਹਨਾਂ ਦਾ ਹਾਲ ਨਾ ਅੰਤ ਨੂੰ ਉਹ ਹੋ ਜਾਣਾ ਜੋ ਜੋ ਕੁਛ ਸੰਕੇਤ ਮਿਲ ਰਹੇ ਨੇ। ਉਹ ਕਹਿੰਦੇ ਨੇ ਭੁੱਖੇ ਜੱਟ ਕਟੋਰੀ ਲੱਭੀ ਪਾਣੀ ਪੀ ਪੀ ਆਫ ਰਿਹਾ, ਨਾ ਤਾਂ ਕਿਤੇ ਰਿਸ਼ਵਤ ਬੰਦ ਹੋਈ ਆ, ਜੋ MLA ਕਰ ਰਹੇ ਨੇ, ਜੋ ਤੁਸੀਂ ਇਹ ਦੇਖ ਲਓ, ਇਹ ਕਹਿੰਦੇ ਸ਼ਰਾਬ ਦੀ ਸਰਕਾਰੀ ਕਾਰਪੋਰੇਸ਼ਨ ਬਣਾਵਾਂਗੇ, ਖੱਡਾਂ ਦੀ ਨੀਤੀ ਬਣਾਵਾਂਗੇ, ਕੋਈ ਗੱਲ ਨਹੀਂ ਬਣੀ, ਸਾਰਾ ਕੁਛ ਕਾਫਲਾ ਲੁੱਟ ਸੁੱਟ ਪਹਿਲਾਂ ਵਾਂਗੂ ਹੀ ਚੱਲ ਰਹੀ ਆ। ਸੋ ਇਹ ਢੱਕੀ ਰਿੱਝੀ ਸਾਲਾ ਚਿਰ ਰਹਿਣੀ ਨਹੀਂ ਸੁਖਵਿੰਦਰ ਜੀ, ਇਹ ਹੌਲੀ ਹੌਲੀ ਲੀਕ ਕਰਦੀ ਬਾਹਰ ਆਉਣੀ ਆ, ਸਾਰਾ ਕੁਛ ਪਹਿਲਾਂ ਵਾਂਗੂ ਸੈੱਟ ਹੋ ਗਿਆ। ਬਸ ਉਹੀ ਜਿਹੜਾ ਖੰਡ ਮਾਫੀਆ, ਸ਼ਰਾਬ ਮਾਫੀਆ, ਕਿਸੇ ਵੀ ਮਾਫੀਏ 'ਤੇ ਕੋਈ ਕੰਟਰੋਲ ਨਹੀਂ, ਮਾਫੀਏ ਦੇ ਕੰਟਰੋਲਰ ਬਦਲ ਗਏ, ਬਸ ਨਵੇਂ MLA ਆ ਗਏ, ਨਵਾਂ ਮੁੱਖ ਮੰਤਰੀ ਆ ਗਿਆ। ਜੇ ਸਹੁੰ ਖਾਂਦਾ, ਜੇ ਇੱਕ ਨਵਾਂ ਪੈਸਾ ਵੀ ਮੈਂ ਖਾ ਲਾਂ ਤਾਂ ਸਲਫਾਸ ਖਾ ਲਾਂ। ਇਹ ਜਿੰਨਾ ਥੋਥਾ ਹੁੰਦਾ ਨਾ, ਉੱਡੀ ਫੜਕ ਵੱਡੀ ਮਾਰਦੀ। ਮੈਂ ਤਾਂ ਪਹਿਲਾਂ ਤੋਂ ਦੇਖਿਆ ਕੱਟੜ ਇਮਾਨਦਾਰ, ਇਹਦਾ ਮਤਲਬ ਇਮਾਨਦਾਰ ਕਹਿਣ 'ਤੇ ਭਰੋਸਾ ਨਹੀਂ। ਫਿਰ ਹੁਣ ਇਹ ਮਤਲਬ ਰਿਸ਼ਵਤਖੋਰੀ ਬੰਦ ਹੋ ਗਈ ਜੀ ਪੰਜਾਬ 'ਚੋਂ, ਆਹ ਕੁਛ ਬੰਦ ਹੋ, ਤੁਹਾਡੇ ਸਾਹਮਣੇ ਹਾਈ ਕੋਰਟ 'ਚ ਜਾ ਰਿਹਾ ਵੀ ਇੰਨਾ ਗੁੰਡਾ ਟੈਕਸ ਕਹਿ ਲਓ ਹੁਣ ਸਰਕਾਰ ਵਸੂਲ ਰਹੀ ਆ, ਪਰਚੀਆਂ ਸਟੋਨ ਕ੍ਰੈਸ਼ਰ ਵਾਲੇ ਨੂੰ ਇਨਕਮ ਟੈਕਸ ਦੇ ਵਿੱਚ ਲਾਈ ਜਾਂਦੇ ਨੇ ਵੀ ਇੰਨੇ ਅਸੀਂ ਪੈਸੇ ਦਿੱਤੇ ਸਰਕਾਰੀ ਖਜ਼ਾਨੇ 'ਚੋਂ, ਕਿਤੇ ਆਇਆ ਨਹੀਂ। ਸੋ ਇਹ ਢੋਲ ਦਾ ਪੋਲ ਤਾਂ ਖੁੱਲਣੀ ਖੁੱਲਣਾ ਸੁਖਵਿੰਦਰ ਜੀ, ਕਿਉਂਕਿ ਸਰਕਾਰ ਦਾ ਕੋਈ ਕੰਟਰੋਲ ਨਹੀਂ ਕਿਸੇ ਗੱਲ 'ਤੇ, ਇਹ ਤਾਂ ਹੱਥ 'ਤੇ ਹੱਥ ਮਾਰ ਕੇ ਭੱਜਣ ਵਾਲੇ ਨੇ। ਮਤਲਬ ਇੱਕ ਇੱਕ ਅਸਮਾਨ 'ਚ ਗੁਬਾਰਾ ਛੱਡਤਾ, ਜਦੋਂ ਦੀ ਫੂਕ ਨਿਕਲ ਗਈ ਲੋਕ ਉੱਧਰ ਦੇਖਦੇ ਰਹਿ ਜਾਂਦੇ ਆ, ਨਵਾਂ ਫਿਰ ਗੁਬਾ ਛੱਡ ਦਿੰਦੇ ਨੇ। ਇਹੀ ਤੁਹਾਡੇ ਸਾਹਮਣੇ ਆ, ਇਹ ਅਫਸਰ ਸ਼ਾਹੀ ਨੇ ਤਾਂ ਮੂਹਰੇ ਲਾ ਲਏ, ਅਤੇ ਅਫਸਰ ਸ਼ਾਹੀ ਨੇ ਹੇਠਲੇ ਬੰਦੇ ਸੈੱਟ ਕਰ ਲਏ ਸਾਰੇ, ਅਤੇ ਇਹ ਜਿਹੜੇ ਕਹਿੰਦੇ ਸੀ ਸਾਡਾ ਕੱਟੜ ਇਮਾਨਦਾਰ, ਆ ਦਿੱਲੀ ਵਾਲਿਆਂ ਦਾ ਕੀ ਬਣਿਆ ਜੀ, ਮੈਨੂੰ ਇਹ ਦੱਸੋ, ਬੈਠੇ ਨੇ ਨਾ ਜੇਲ੍ਹ 'ਚ ਸਾਰੇ, ਅਤੇ ਪੰਜਾਬ ਦੇ ਸਿਰ 'ਤੇ ਤਲਵਾਰ ਲਟਕ ਰਹੀ ਆ। ਜਿਹੜੀਆਂ ਇਹ ਕਹਿੰਦੇ ਸੀ ਇਮਾਨਦਾਰੀ ਦੀਆਂ ਜਾਂਚਾਂ, ਫਰਾਰੀ ਦੀ ਜਾਂਚ ਕਿੱਧਰ ਗਈ ਜੀ, NRI ਕੋਠੀ ਦਾ ਕੀ ਬਣਿਆ ਜੀ, ਮਤਲਬ ਸਿੰਗਲੇ ਦਾ ਕੀ ਬਣਿਆ ਜੀ, ਤੁਸੀਂ ਦੇਖੋ ਤਾਂ ਸਹੀ ਨਾ ਜੀ, ਵੀ ਕਹਿਣੀ ਅਤੇ ਕਰਨੀ 'ਚ ਇਹਨਾਂ ਦਾ ਕਥਨੀ 'ਚ ਪਾੜਾ ਕਿੱਡਾ ਵੱਡਾ। ਬਸ ਇਹ ਗੱਲ ਪੱਕੀ ਆ ਵੀ ਮਤਲਬ ਚੁਟਕਲੇ ਸੁਣਾਈ ਜਾਓ, ਮਤਲਬ ਇੱਕ ਸਗੂਫਾ ਛੱਡੋ, ਫਿਰ ਦੂਜਾ ਛੱਡੋ, ਤੀਜਾ ਛੱਡੋ, ਅਤੇ ਇਸ਼ਤਿਹਾਰਾਂ ਦਾ ਹੜ ਲਿਆ ਦਿਓ। ਇੱਕ ਗੱਲ ਹੁੰਦੀ ਆ, ਇਸ਼ਤਿਹਾਰਾਂ ਦਾ ਹੜ ਲਿਆ ਦਿੰਦੇ ਨੇ, ਇਹਨਾਂ ਨੂੰ ਪਤਾ ਹੋਣਾ ਚਾਹੀਦਾ ਇਹ ਦਿੱਲੀ ਨਹੀਂ ਹੈ, ਜਿੱਥੇ ਅੱਡ ਅੱਡ ਤਰ੍ਹਾਂ ਦੇ ਲੋਕ ਨੇ, ਅੱਡ ਅੱਡ ਮਾਨਸਿਕ ਬਣਤਰਾ ਜਿਹੜੇ ਇਸ਼ਤਿਹਾਰਾਂ ਤੋਂ ਪ੍ਰਭਾਵਿਤ ਹੋ ਜਾਂਦੇ ਆ। ਇੱਥੇ ਪੰਜਾਬ ਦੇ ਲੋਕਾਂ ਦਾ ਇੱਕ ਸਾਂਝਾ ਮਾਨਸਿਕ ਮਹਾਂਦਰਾ, ਸਾਂਝਾ ਇਤਿਹਾਸ ਆ, ਸਾਂਝਾ ਵਿਰਸਾ, ਵੱਖਰੀ ਗੱਲ ਆ, ਉਹ ਤੋਂ ਪੈਰ ਉਖੜੇ ਹੋਏ ਨੇ। ਇੱਥੇ ਇਸ਼ਤਿਹਾਰਬਾਜ਼ੀਆਂ ਦੇ ਨਾਟਕ ਨਾਲ ਸਰਕਾਰਾਂ ਨਹੀਂ ਚੱਲਣੀਆਂ, ਜਿਵੇਂ ਚਲਾਉਣ ਦੀ ਗੱਲ ਕਰਦੇ ਆ ਜੀ। ਵਿਰੋਧੀ ਬਹੁਤ ਸਵਾਲ ਚੁੱਕਦੇ ਨੇ ਕਿ ਇਹ ਇੱਦਾਂ ਕਰਦੇ, ਗਰੰਟੀਆਂ ਦਿੰਦੇ, ਉਹ ਕਰਦੇ, BJP ਵਾਲੇ ਵੀ ਕਹਿ ਦਿੰਦੇ ਨੇ, ਕਾਂਗਰਸ ਵਾਲੇ ਵੀ ਕਹਿ ਦਿੰਦੇ ਨੇ, ਪਰ ਆਪਾਂ ਆਖਰੀ ਖਬਰ ਲਵਾਂਗੇ ਕਿ ਮੱਧ ਪ੍ਰਦੇਸ਼ ਦੇ ਵਿੱਚ ਇਲੈਕਸ਼ਨ ਆ, ਵੈਸੇ ਤਾਂ 5 ਸੂਬਿਆਂ ਦੇ ਵਿੱਚ, ਮੱਧ ਪ੍ਰਦੇਸ਼ ਦੀ ਗੱਲ ਹੈ ਕਿ ਉੱਥੇ 101 ਗਰੰਟੀਆਂ ਕਾਂਗਰਸ ਨੇ ਦਿੱਤੀਆਂ। ਉਹਨਾਂ ਨੇ ਵੀ ਕਿਹਾ ਹੈ ਕਿ ਅਸੀਂ ਜਿਹੜੀਆਂ ਬੀਬੀਆਂ ਘਰੇ ਬੈਠੀਆਂ ਉਹਨਾਂ ਨੂੰ ਵੀ ਖਰਚਾ ਦੇਵਾਂਗੇ, ਜਾਂ ਹੋਰ ਪੈਨਸ਼ਨਾਂ ਦੇ ਵਿੱਚ ਵਾਧਾ ਕਰਨਾ, ਜਾਂ ਬੁਢਾਪਾ ਪੈਨਸ਼ਨ 1 rank 1 ਪੈਨਸ਼ਨ ਦੀ ਜਿਹੜੀ ਗੱਲ ਆਉਂਦੀ ਸੀਗੀ ਉਹਦਾ ਵੀ ਉਹਨਾਂ ਨੇ ਭਰੋਸਾ ਦਿੱਤਾ ਹੈ। ਤੇ ਜਦੋਂ ਇਸ ਤਰ੍ਹਾਂ ਦੀਆਂ ਖਬਰਾਂ ਸਾਹਮਣੇ ਆਉਂਦੀਆਂ, ਜੇ ਤੁਸੀਂ ਦੂਜਿਆਂ ਤੇ ਸਵਾਲ ਚੁੱਕਦੇ ਹੋ ਤਾਂ ਸਵਾਲ ਤਾਂ ਫਿਰ ਇਸ ਪਾਰਟੀ ਤੇ ਵੀ ਉੱਠਦੇ ਨੇ ਕਿ ਤੁਸੀਂ ਜਿਹੜਾ ਆ ਉਹ 101 ਗਰੰਟੀਆਂ ਦੇ ਰਹੇ ਹੋ, ਤੇ ਫਿਰ ਤੁਸੀਂ ਦੂਜਿਆਂ ਦੀਆਂ ਗਰੰਟੀਆਂ ਤੇ ਸਵਾਲ ਕਿਉਂ ਚੁੱਕਦੇ ਹੋ? ਕਾਂਗਰਸ ਨੇ ਗਰੰਟੀਆਂ ਦਿੱਤੀਆਂ MP ਦੇ ਵਿੱਚ, ਗਾਹ ਸ਼ਾਇਦ ਰਾਜਸਥਾਨ ਜਾਂ ਹੋਰ ਸੂਬਿਆਂ ਦੇ ਵਿੱਚ ਵੀ ਇਸੇ ਢੰਗ ਨਾਲ ਦੇਣਗੇ ਉਹ। ਪਹਿਲਾਂ ਕਰਨਾਟਕ 'ਚ ਵੀ ਗਰੰਟੀਆਂ ਦਿੱਤੀਆਂ ਨੇ ਜੀ। ਅਸਲ ਦੇ ਵਿੱਚ ਦੇਖੋ, ਲੋਕਾਂ ਦਾ ਆਰਥਿਕ ਤੌਰ 'ਤੇ ਐਡਾ ਮੰਦਾ ਹਾਲ ਆ, ਮਹਿੰਗਾਈ ਆ, ਬਾਕੀ ਗੱਲਾਂ ਨੇ, ਰੁਜ਼ਗਾਰ ਨਹੀਂ ਹੈ ਕਿਤੇ, ਲੋਕਾਂ ਨੂੰ ਜਿਹੜੇ ਆਰਥਿਕ ਤੌਰ 'ਤੇ ਪਛੜੇ ਹੋਏ ਨੇ, ਗਰੀਬ ਨੇ, ਉਹਨਾਂ ਨੂੰ ਸਹਾਇਤਾ ਦੀ ਬਹੁਤ ਵੱਡੀ ਲੋੜ ਆ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ। ਬਹੁਤ ਸਾਰੀਆਂ ਸਮਰੱਥ ਸਟੇਟਾਂ ਨੇ ਉਹ ਦੇ ਸਕਦੀਆਂ, ਬਹੁਤ ਸਾਰੀਆਂ ਅਜਿਹੀਆਂ ਸਟੇਟਾਂ ਨੇ ਉਹ ਦੇ ਹੀ ਨਹੀਂ ਸਕਦੀਆਂ,
ਪੰਜਾਬ ਵਾਲੇ ਦੇਖ ਲਏ ਹੁਣ ਕੀ ਕਰਨਗੇ ਗਾਹਾਂ, ਕਿਹੜੀ ਗਰੰਟੀ ਕਿਵੇਂ ਪੂਰੀ ਕਰਨਗੇ, ਅਸੀਂ ਬੁਢਾਪਾ ਪੈਨਸ਼ਨ ਵਧਾਵਾਂਗੇ ਜੀ, ਅਸੀਂ 1,000 ਰੁਪਇਆ ਬੀਬੀਆਂ ਨੂੰ ਦੇਵਾਂਗੇ ਜੀ, ਅਸੀਂ ਆਹ ਕਰਾਂਗੇ ਜੀ, ਇਹ ਕਰਾਂਗੇ, ਵੋ ਕਰਾਂਗੇ, ਘਰ ਘਰ ਰਾਸ਼ਨ ਪਹੁੰਚੂਗਾ ਜੀ, ਆਹ ਕੁਛ ਹੋਊਗਾ, ਆਹ ਸੁਵਿਧਾ ਸੈਂਟਰਾਂ ਦਾ ਹੁਣ ਠੇਕਾ ਦੇ ਤਾ ਤੇਲੰਗਾਨਾ ਦੀ ਇੱਕ ਫਰਮ ਨੂੰ, KCR ਵਾਲੀ ਨੂੰ, ਜਿੱਥੇ ਉੱਥੇ ਬਹੁਤ ਵੱਡੇ ਰੌਲੇ ਪਏ ਹੋਏ ਨੇ, ਦੋਸ਼ ਲੱਗੇ ਹੋਏ ਨੇ, ਉਹ ਸੁਵਿਧਾ ਸੈਂਟਰ 'ਚ ਕਹਿੰਦੇ ਉਹਦਾ ਸਮਾਨ ਉਹਨਾਂ ਦਾ ਆਪਣਾ ਹੋਊ, ਜਿਹੜਾ ਤੁਹਾਡਾ ਸਾਰਾ ਸਰਕਾਰੀ ਲੱਗਿਆ ਹੋਇਆ ਉਹ ਕਿੱਥੇ ਗਿਆ ਜਾਊ ਜੀ ਫਿਰ ਸਮਾਨ, ਫਿਰ ਉਹ ਰਿਕਾਰਡ ਤੁਹਾਡੇ ਕੋਲ ਕਿਵੇਂ ਰਹੂ, ਉਹ ਆਪਦਾ ਸਮਾਨ ਆ, ਆਪਦੇ ਸਮਾਨ ਨੂੰ ਲੈ ਕੇ ਉਹ ਤੁਰਦੇ ਬਣਨਗੇ ਜਦੋਂ ਜਾਣਾ। ਸੋ ਇਹ ਆਪਾ ਧਾਪੀ ਤੇ ਬੇਵਿਸ਼ਵਾਸੀ ਵਾਲਾ ਮਾਹੌਲ ਆ, ਲੋਕਾਂ ਨੂੰ ਜਿਹੜੀਆਂ ਸੁਵਿਧਾਵਾਂ ਦੀ ਲੋੜ ਆ ਉਹ ਸਿਲੈਕਟਿਵ ਚੋਣ ਕਰਕੇ ਮਿਲਣੀਆਂ ਚਾਹੀਦੀਆਂ ਨੇ ਉਹਨਾਂ ਨੂੰ, ਪਰ ਨਾਲ ਦੀ ਨਾਲ ਖਜ਼ਾਨਿਆਂ ਦੀਆਂ ਘਰਲਾਂ ਵੀ ਭਰਨੀਆਂ ਚਾਹੀਦੀਆਂ ਨੇ, ਰਿਸੋਰਸ ਮੋਬਲਾਈਜੇਸ਼ਨ ਵੀ ਚਾਹੀਦੀ ਆ, ਸਹਾਇਤਾ ਦੀ ਲੋੜ ਆ, ਇਸ ਰਾਹ ਤਾਂ ਸਾਰੀਆਂ ਪਾਰਟੀਆਂ ਪੈ ਰਹੀਆਂ ਨੇ। ਤੇ ਬਾਕੀ ਗੱਲ ਉੱਥੇ ਆ ਕੇ ਮੁੱਕਦੀ ਆ ਵੀ ਜਿਹੜੇ ਕਾਰਪੋਰੇਟਾਂ ਨੂੰ ਇਦੋਂ 100-100 ਗੁਣਾ ਵੱਧ ਕਰਜ਼ੇ ਮਾਫ ਕਰੀ ਜਾਂਦੇ ਹੋ, ਛੱਡੀ ਜਾਂਦੇ ਹੋ, ਜਿਹੜੇ ਬੈਂਕ ਲੁੱਟ ਕੇ ਭੱਜ ਗਏ ਉਹਨਾਂ ਦੀ ਵਾਪਸੀ ਦੀ ਕੋਈ ਗੱਲ ਨਹੀਂ, ਕਾਲਾ ਧਨ ਵਾਪਸ ਆਊਗਾ ਉਹਦੀ ਕਦੇ ਕੋਈ ਗੱਲ ਨਹੀਂ ਹੋਈ। ਸੋ ਇਸ ਕਰਕੇ ਮੁੱਦਿਆਂ ਦੀ ਸ਼ਨਾਖਤ ਹੋਣੀ ਚਾਹੀਦੀ ਆ, ਉਹਨਾਂ ਦੇ ਕਾਰਨ ਕੀ ਨੇ, ਹੱਲ ਦਾ ਰੋਡ ਮੈਪ ਸਾਹਮਣੇ ਚਾਹੀਦਾ। ਜੋ ਸੁਪਰੀਮ ਕੋਰਟ ਨੇ ਇੱਕ ਸਵਾਲ ਉਠਾਇਆ ਸੀ ਵੀ ਜੋ ਤੁਸੀਂ ਗਰੰਟੀਆਂ ਦਿੰਦੇ ਹੋ ਉਹਦਾ ਦੱਸੋ ਵੀ ਉਹਨੂੰ ਪੂਰਾ ਕਿਵੇਂ ਕਰੋਗੇ, ਜਾਂ ਪਹਿਲਾਂ ਆਪਾਂ ਵੀ ਇਹ ਸਵਾਲ ਉਠਾਉਂਦੇ ਰਹੇ ਹਾਂ ਵੀ ਚੋਣ ਮੈਨੀਫੈਸਟੋ ਇੱਕ ਕਾਨੂੰਨੀ ਦਸਤਾਵੇਜ਼ ਹੋਣਾ ਚਾਹੀਦਾ, MOU ਹੈ ਇਹ ਲੋਕਾਂ ਅਤੇ ਸਰਕਾਰ ਦੇ ਵਿਚਾਲੇ, ਜੇ ਉਹ MOU ਪੂਰਾ ਨਹੀਂ ਹੁੰਦਾ ਤਾਂ ਉਹਨਾਂ ਦੀ ਅਦਾਲਤੀ ਜਵਾਬਦੇਹੀ ਹੋਣੀ ਜ਼ਰੂਰੀ ਆ। ਇਸ ਕਰਕੇ ਗਰੰਟੀਆਂ ਦੀ ਜਵਾਬਦੇਹੀ ਹੋਣੀ ਵੀ ਜ਼ਰੂਰੀ ਆ, ਇਹ ਲੋਕਾਂ ਨੂੰ ਸਹਾਇਤਾ ਦੀ ਲੋੜ ਆ, ਪਰ ਇਸ ਰੂਪ 'ਚ ਤੁਸੀਂ ਸਹਾਇਤਾ ਦੇਵੋ ਜਿਹੜੀ ਮੁੜ ਕੇ ਪੂਰੀ ਨਾ ਹੋ ਸਕੇ, ਇਹ ਗਰੰਟੀਆਂ ਦੀ ਸਿਆਸਤ ਨਹੀਂ ਚੱਲਣੀ ਜੀ। ਇੱਥੇ ਤੁਸੀਂ ਦੇਖ ਲਿਓ ਇਕੱਲਾ ਰਾਜਾਂ ਦੀ ਗੱਲ ਨਹੀਂ ਸੁਖਵਿੰਦਰ ਜੀ, ਜਿਹੜਾ ਕੇਂਦਰੀ ਖਜ਼ਾਨਾ ਜਦੋਂ ਇਹ ਆਏ ਸੀ 55,000 ਲੱਖ ਕਰੋੜ ਸ਼ਾਇਦ ਕਰਜ਼ਾ ਸੀ, ਹੁਣ 1,65,000 ਲੱਖ ਕਰੋੜ ਕਰਜ਼ਾ ਹੋ ਗਿਆ ਭਾਰਤ ਦੇ ਸਿਰ ਵੀ, ਕਹੀਂ ਜਾਓ ਤੁਸੀਂ ਵੱਡੀ ਆਰਥਿਕਤਾ, ਵੱਡੀ ਆਰਥਿਕਤਾ, ਠੀਕ ਆ, ਇਹਨਾਂ ਮਸਲੇ ਨੂੰ ਵਿਚਾਰਨਾ ਚਾਹੀਦਾ, ਤਰਕ ਸੰਗਤ ਹੋਣਾ ਚਾਹੀਦਾ, ਵੱਡੀ ਗੱਲ ਇਹਦੀ ਜਵਾਬਦੇਹੀ ਚਾਹੀਦੀ ਹੈ, ਇਹਦਾ ਪਹਿਲਾਂ ਵਿਖਿਆਨ ਚਾਹੀਦਾ, ਇੰਨੇ ਪੈਸੇ ਕਿੱਥੋਂ ਆਉਣਗੇ, ਕਿਵੇਂ ਕਰਾਂਗੇ ਅਤੇ ਕਿਵੇਂ ਦੇਵਾਂਗੇ, ਉਹ ਦੇਣ ਤੋਂ ਬਾਅਦ ਫਿਰ ਸੂਬੇ ਦੇ ਵਿਕਾਸ ਲਈ ਕੀ ਬਚੂ ਜੀ, ਜਿਹਨੂੰ ਤੁਸੀਂ ਕੈਪੀਟਲ ਇਨਵੈਸਟਮੈਂਟ ਕਹਿੰਦੇ ਹੋ, ਨਵੀਆਂ ਚੀਜ਼ਾਂ ਨੇ ਜਿਹੜੀਆਂ ਸਥਾਈ ਵਿਕਾਸ ਦਾ, ਟਿਕਾਊ ਵਿਕਾਸ ਦੀਆਂ ਗੱਲਾਂ ਨੇ, ਉਹਨਾਂ ਦਾ ਲੋਕਾਂ ਦੇ ਸਾਹਮਣੇ ਰੋਡ ਮੈਪ ਰੱਖੋ, ਫਿਰ ਜੀ ਸੱਦ ਕੇ ਰੇਤਾਂ ਦੇ ਉਹ ਕਿਸੇ ਨੂੰ ਕੋਈ ਇਤਰਾਜ਼ ਨਹੀਂ। ਹੁਣ ਤਾਂ ਉਹ ਗੱਲ ਆ, ਕੇਜਰੀਵਾਲ ਨੂੰ ਜਿਵੇਂ ਪੁੱਛੀਦਾ ਸੀ ਪੈਸੇ ਕਿੱਥੋਂ ਆਉਣਗੇ, 20,000 ਕਰੋੜ ਤਾਂ ਕਹਿੰਦਾ ਮੈਂ ਰੇਤੇ 'ਚੋਂ ਰੱਖੀ ਬੈਠਾ ਹੁਣੇ ਕੱਢ ਕੇ, 32,000 ਕਰੋੜ ਰੁਪਇਆ ਮੈਂ ਖਜ਼ਾਨੇ 'ਚੋਂ ਕੱਢ ਕੇ ਬੈਠਾ ਜਿਹੜੀ ਕਰਪਸ਼ਨ ਹੁੰਦੀ ਆ, ਜਿਵੇਂ ਕਹਿੰਦਾ 250 ਕਰੋੜ ਦਾ ਟੈਂਡਰ ਲਾਇਆ ਸੀ ਪੁਲ ਦਾ, ਅਸੀਂ ਦੁਬਾਰਾ ਟੈਂਡਰ ਲਾਇਆ 150 ਕਰੋੜ ਦਾ ਰਹਿ ਗਿਆ, ਅਤੇ ਪੰਜਾਬ ਵਾਲੇ ਹੁਣ ਦੱਸ ਦੇਣ ਨਾ ਵੀ ਲੋਕਿੰਗ ਟਾਈਲਾਂ ਦੇ ਟੈਂਡਰ ਪਹਿਲਾਂ ਕੀ ਪੈਂਦੇ ਹੁੰਦੇ ਸੀ, ਮੰਡੀਆਂ 'ਚ ਢੋਏ ਢੋਈ ਦੇ ਪਹਿਲਾਂ ਕੀ ਟੈਂਡਰ ਪੈਂਦੇ ਸੀ, ਅਤੇ ਹੁਣ ਅਸੀਂ ਉਹ ਜਿਹੜਾ 32% ਬਚਾਉਣਾ ਸੀ ਕੇਜਰੀਵਾਲ ਨੇ, ਜਿਹੜਾ 32,000 ਕਰੋੜ ਬਣਦਾ ਸੀ ਉਹ ਕਿਹੜੇ ਖਾਨੇ 'ਚ ਲੁਕੋ ਕੇ ਰੱਖਿਆ ਹੋਇਆ, ਇਹ ਗੱਲਾਂ ਦੀ ਜਵਾਬਦੇਹੀ ਚਾਹੀਦੀ ਆ ਜੀ। ਸਕੂਲ ਜੀ, ਸ਼ੁਕਰੀਆ ਮਾਲੀ ਸਾਹਿਬ, ਧੰਨਵਾਦ ਤੁਹਾਡਾ, ਧੰਨਵਾਦ। ਸੋ ਮੇਰੇ ਨਾਲ ਮੌਜੂਦ ਸਨ ਬਾਲਵਿੰਦਰ ਸਿੰਘ ਮਾਲੀ, ਉਹ ਸਿਆਸੀ ਮਾਹਰ ਨੇ, ਅਸੀਂ ਚਰਚਾ ਕੀਤੀ ਹੈ ਜੋ ਪੰਜਾਬ ਦੇ ਵਿੱਚ ਇਸ ਵੇਲੇ ਵਾਪਰ ਰਿਹਾ ਨਸ਼ਿਆਂ ਨੂੰ ਲੈ ਕੇ। ਗੱਲ ਉਹੀ ਹੈ ਕਿ ਅਖੀਰ ਦੇ ਵਿੱਚ ਕਿ ਜੇ ਚੋਣ ਮੈਨੀਫੈਸਟੋ ਲੀਗਲ ਬਣਾਉਣ ਦਾ ਵਾਅਦਾ ਬਾਕੀ ਪਾਰਟੀਆਂ ਕਰਨ, ਜਾਂ ਉਹਨੂੰ ਲੀਗਲ ਕਰ ਦਿੱਤਾ ਜਾਵੇ, ਜਾਂ ਜਿਵੇਂ ਇਹਨਾਂ ਨੇ MP ਦੇ ਵਿੱਚ ਕਾਂਗਰਸ ਨੇ ਵਾਅਦਾ ਕੀਤਾ ਹੈ ਕਿ ਉੱਥੇ ਗਰੰਟੀਆਂ ਦੇ ਲਈ ਪੈਸਾ ਹੈ, ਇੰਨਾ ਪੈਸਾ, 101 ਗਰੰਟੀਆਂ ਪੂਰੀਆਂ ਕਰਨੀਆਂ, ਲੋਕਾਂ ਦੀ ਉਮੀਦ ਤਾਂ ਇੱਕ ਵਾਰੀ ਜਾਗੇਗੀ ਨਾ, ਤੇ ਕੀ ਲੋਕ ਹੁਣ ਉਹਨਾਂ ਗਰੰਟੀਆਂ ਲੈ ਕੇ 17 ਨਵੰਬਰ ਨੂੰ ਇਲੈਕਸ਼ਨ ਹੋਣੀ ਹੈ ਉੱਥੇ, ਤੇ ਕੀ ਲੋਕ ਉੱਥੇ ਵੋਟਾਂ ਪਾਉਣਗੇ, ਨਤੀਜਾ 1 ਦਸੰਬਰ ਦੇ ਪਹਿਲੇ ਹਫ਼ਤੇ ਦੇ ਵਿੱਚ ਆ ਜਾਣਾ, ਉਹ ਵੀ ਦੇਖਣ ਲਾਇਕ ਹੋਵੇਗਾ। ਵਿਚਾਰ ਕਮੈਂਟ ਜ਼ਰੂਰ ਕਰਿਓ, ਧੰਨਵਾਦ।